ਵੀਰੋ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਸ ਟੀਵੀ ਤੇ ਆਪਾਂ ਫਿਰ ਪੇਸ਼ ਆ ਕਮਿਊਨਿਟੀ ਕਨੈਕਟ ਇੰਡੀਅਨਐਪਲਿਸ ਤੋਂ ਲਾਈਵ ਸ਼ੋਅ ਲੈ ਕੇ ਜੋ ਹਰ ਮੰਡੇ ਟਿਊਜ਼ਡੇ ਆਪਾਂ ਕਰਦੇ ਆ 11 ਤੋਂ 12 ਲਾਈਵ ਸ਼ੋਅ ਹੁੰਦਾ ਹੈ ਤੇ ਆਪਾਂ ਕੱਲ ਵੀ ਕੀਤਾ ਸੀ ਅੱਜ ਆਪਾਂ ਨਵੀਂ ਗੱਲ ਲੈ ਕੇ ਪੇਸ਼ ਹੋਏ ਆ ਕਿ ਜੋ ਕਿਸਾਨਾਂ ਦੀ ਗੱਲ ਹੈ ਉਹਦੇ ਬਾਰੇ ਗੱਲ ਕਰਾਂਗੇ ਤੇ ਆਪਣੇ ਨਾਲ ਲੋਕਲ ਗੈਸਟ ਜੁੜਨਗੇ ਇੱਥੋਂ ਤੇ ਉਹਨਾਂ ਦਾ ਨਾਮ ਅਗਰਿੰਦਰ ਸਿੰਘ ਜੀ ਖਾਲਸਾ ਖਾਲਸਾ ਜੀ ਤੁਹਾਡਾ ਬਹੁਤ ਨਿੱਘਾ ਸਵਾਗਤ ਹੈ ਜਸ ਟੀਵੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਿਰਾਟ ਸਾਹਿਬ ਥੈਂਕ ਯੂ ਫਾਰ ਹੈਵਿੰਗ ਮੀ ਖਾਲਸਾ ਜੀ ਅੱਜ ਆਪਾਂ ਕੁਝ ਗੱਲਾਂ ਕਰਾਂਗੇ ਜਿਹੜੀਆਂ ਕੁਝ ਬੀਤੇ ਦਿਨੀ ਤੁਸੀਂ ਜ਼ਰੂਰ ਦੇਖੀਆਂ ਹੋਣਗੀਆਂ ਆਪਣੇ YouTube ਤੇ ਜਾਂ WhatsApp ਤੇ ਕਾਫੀ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਜਾਂ ਸੁਣਨ ਨੂੰ ਮਿਲੀਆਂ ਇਹ ਜਿਹੜਾ 26 ਜਨਵਰੀ ਵਾਲਾ ਸੀ ਕਿ 26 ਜਨਵਰੀ ਨੂੰ ਜੋ ਪਰੇਡਾਂ ਹੋਣੀਆਂ ਸੀ ਜੋ ਸਾਰਾ ਕੁਝ ਵਰਤਿਆ ਉਹਨੂੰ ਤੁਸੀਂ ਕਿੱਦਾਂ ਦੇਖਦੇ ਹੋ ਦੇਖੋ 26 ਜਨਵਰੀ ਨੂੰ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਬਹੁਤ ਵੱਡਾ ਇਹਨਾਂ ਨੇ ਖਾਸ ਕਰਕੇ ਆਪਣੇ ਜਿੰਨਾ ਵੀ ਪ੍ਰੋਟੈਸਟ ਹੋ ਰਿਹਾ ਸਾਰਿਆਂ ਨੂੰ ਪਤਾ ਕਿ ਉਹਦੇ ਵਿੱਚ ਬਹੁਤ ਵੱਡਾ ਆਹਵਾਨ ਕੀਤਾ ਹੋਇਆ ਸੀ ਵੀ ਸਾਰੇ ਜਣੇ ਜਿੰਨੇ ਵੀ ਖਾਸ ਕਰਕੇ ਦਿੱਲੀ ਦੇ ਆਸੇ ਪਾਸੇ ਜਿੰਨੇ ਵੀ ਸਟੇਟ ਨੇ ਹਰਿਆਣਾ ਪੰਜਾਬ ਸਾਰੇ ਸਟੇਟਾਂ ਨੂੰ ਉੱਥੇ ਬੁਲਾਇਆ ਸੀ ਤਾਂ ਕਿ ਉੱਥੋਂ ਜਿੰਨੇ ਵੀ ਜ਼ਿਮੀਂਦਾਰ ਨੇ ਉੱਥੇ ਪਹੁੰਚਣ ਉਹਦੇ 'ਚ ਬਹੁਤ ਹੀ ਵਧੀਆ ਹੈ। ਪਹਿਲੀ ਤਾਂ ਮੈਂ ਬਹੁਤ ਬਹੁਤ ਵਧਾਈਆਂ ਦਿੰਦਾ ਵੀ ਬਹੁਤ ਇਟ ਵਾਜ਼ ਵੈਰੀ ਸਕਸੈਸਫੁਲ। ਬਾਕੀ ਜਿਹੜੀ ਤੁਸੀਂ ਦੂਜੀ ਜਿਹੜੀ ਗੱਲ ਹੈਗੀ ਹੈ ਕਿ ਉਹਦੇ ਨਾਲ ਨਾਲ ਜਿਹੜੇ ਕੁਛ ਆਪਣੇ ਜਿਹੜੇ ਜ਼ਿਮੀਂਦਾਰ ਸੀ ਉਹ ਲਾਲ ਕਿਲੇ ਵੱਲ ਚਲੇ ਗਏ ਉਹ ਕਈ ਵਾਰੀ ਏਦਾਂ ਹੁੰਦਾ ਕਿ ਉਹ ਡਾਇਰੈਕਸ਼ਨ ਕਿਉਂਕਿ ਬਹੁਤ ਜ਼ਿਆਦਾ ਕੱਟ ਸੀ ਔਰ ਏਡੇ ਵੱਡੇ ਕੱਟ ਨੂੰ ਕੋਈ ਜੇ ਵੱਡੀਆਂ ਵੱਡੀਆਂ ਸਰਕਾਰਾਂ ਨਹੀਂ ਉਹਨੂੰ ਕੰਟਰੋਲ ਕਰ ਸਕਦੀਆਂ ਤੇ ਉਹਨੂੰ ਜਿਹੜੇ ਲੀਡਰ ਨੇ ਜਿਹਨਾਂ ਕੋਲ ਕੋਈ ਆਪਣੀ ਕੋਈ ਪਾਵਰ ਨਹੀਂ ਉਹ ਤਾਂ ਪਿਆਰ ਨਾਲ ਹੀ ਕਹਿ ਸਕਦੇ ਨਾ ਤੇ ਉਹਦੇ ਨਾਲ ਮੇਰੇ ਖਿਆਲ ਨਾਲ ਤਾਂ ਉਹਦਾ ਕੋਈ ਵੱਡੀ ਗੱਲ ਨਹੀਂ ਹੋਈ ਸਾਨੂੰ ਉਹਦੇ ਉੱਤੇ ਜ਼ਿਆਦਾ ਕਿੰਤੂ ਪਰੰਤੂ ਨਾ ਕਰਕੇ ਸਾਨੂੰ ਇਹ ਵੇ ਕਿ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਵੀ ਮੇਰੇ ਭਰਾ ਭੈਣ ਭਰਾ ਇੱਥੇ ਜਾਂ ਕਿਤੇ ਵੀ ਸੁਣ ਰਹੇ ਨੇ ਸਾਰੇ ਜਿੰਨੇ ਆਪਣੇ ਜ਼ਿਮੀਂਦਾਰ ਨੇ ਪਿੰਡਾਂ 'ਚ ਨੇ ਖਾਸ ਕਰਕੇ ਪੰਜਾਬ ਦੇ ਹਰਿਆਣੇ ਦੇ ਲੋਕਲ ਉੱਥੋਂ ਦੇ ਨੇ ਛੇਤੀ ਛੇਤੀ ਉੱਥੇ ਪਹੁੰਚਣ ਤਾਂ ਕਿ ਇਹਨੂੰ ਇੱਕ ਬਹੁਤ ਵੱਡਾ ਰੈਵੋਲੂਸ਼ਨ ਦਾ ਅਸੀਂ ਨਾਂ ਦੇ ਸਕੀਏ। ਉੱਥੇ ਬਹੁਤ ਵਧੀਆ ਹੋਇਆ ਉਸ ਦਿਨ ਜਦੋਂ ਹੋਇਆ ਉਹ ਛੋਟੀਆਂ ਮੋਟੀਆਂ ਇੱਦਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਇਹਦੇ ਸ਼ੇਰਾਂ ਦੀ ਥੱਲੇ ਚੱਲਦਾ ਰਹਿੰਦਾ ਕੋਈ ਅਸੀਂ ਪਰਵਾਹ ਕਰਨ ਦੀ ਲੋੜ ਨਹੀਂ ਹੈਗੀ ਸਾਰਿਆਂ ਨੂੰ ਕਹੋ ਜ਼ਰੂਰਤ 'ਚ ਰਹਿਣ ਹਿੰਮਤ 'ਚ ਰਹਿਣ ਸਭ ਸਾਰੇ ਪੂਰੇ ਵਰਲਡ ਦਾ ਜਿਹੜਾ ਖਾਲਸਾ ਉਹਨਾਂ ਦੇ ਨਾਲ ਲੱਗਾ ਹੋਇਆ ਇਸ ਟਾਈਮ ਸਾਰੇ ਜ਼ਿਮੀਂਦਾਰ ਉਹਨਾਂ ਦੇ ਨਾਲ ਨੇ। ਖਾਲਸਾ ਜੀ ਜਿਹੜੀ ਤੁਸੀਂ ਗੱਲ ਕੀਤੀ ਕਿ ਪੂਰਾ ਵਰਲਡ ਲੱਗਾ ਹੋਇਆ ਇਹਦੇ ਵਿੱਚ ਕਈ ਹੋਰ ਬੜੇ ਕਈ ਕੁਐਸਚਨ ਆਉਂਦੇ ਨੇ ਕਿ ਪੂਰੇ ਵਰਲਡ ਦੇ ਵਿੱਚ ਕਈ ਚੀਜ਼ਾਂ ਐਸੀਆਂ ਵਾਪਰਦੀਆਂ ਨੇ ਕਿ ਜਿਹੜੇ ਲੋਕੀ ਇੱਕ ਦੂਸਰੇ ਨੂੰ ਇਲਜ਼ਾਮ ਦੇ ਰਹੇ ਨੇ ਕਿ ਉਹ ਫਲਾਨਾ ਜਿਹੜਾ ਸੀ ਉਹ ਲੈ ਗਿਆ ਉਹਨੂੰ ਪ੍ਰਵੋਕ ਕਰਕੇ ਜਾਂ ਜਿਹੜੇ ਗਰਮ ਖਿਆਲੀ ਸੀ ਉਹ ਪ੍ਰਵੋਕ ਕਰਕੇ ਲੈ ਗਏ ਤੁਸੀਂ ਕੀ ਕਹੋਗੇ ਕਿ ਜਿਹੜੇ ਆਮ ਜਨਤਾ ਉਹਨਾਂ ਨੂੰ ਸੋਚਣਾ ਚਾਹੀਦਾ ਜਾਂ ਆਪਣੇ ਦਿਮਾਗ ਨਾਲ ਵੀ ਥੋੜ੍ਹਾ ਸੋਚਣ ਜਾਂ ਉਹ ਜੇ ਨਹੀਂ ਪਤਾ ਲੱਗਦਾ ਲੀਡਰਾਂ ਨੂੰ ਪੁੱਛਣ ਜਾਂ ਕੀ ਕਰਨਾ ਚਾਹੀਦਾ ਉਹਨਾਂ ਨੂੰ? ਦੇਖੋ ਗੌਰਮੈਂਟ ਦਾ ਜਿਹੜਾ ਮਕਸਦ ਸੀਗਾ ਉਹ ਗੌਰਮੈਂਟ ਦਾ ਮਕਸਦ ਸੀਗਾ ਵੀ ਕਿਸੇ ਤਰੀਕੇ ਨਾਲ ਬਾਏ ਗਵਾਏ ਚਾਹੇ ਕੋਈ ਵੀ ਚੀਜ਼ ਹੋਏ ਜਾਂ ਉੱਥੇ ਜਾ ਕੇ ਮਤਲਬ ਉਹਨਾਂ ਨੇ ਜਿਹੜੇ ਬੜੀ ਆਰਾਮ ਦੇ ਨਾਲ ਉੱਥੇ ਇੰਨੀ ਸਿਕਿਉਰਿਟੀ ਨਹੀਂ ਸੀ ਲਾਈ ਤਾਂ ਕਿ ਆਏ ਸਾਰੇ ਮਤਲਬ ਪਹੁੰਚਣ ਉਹਨਾਂ ਨੂੰ ਇਹ ਸੀਗਾ ਵੀ ਕਿਸੇ ਤਰੀਕੇ ਨਾਲ ਕੋਈ ਨਾ ਕੋਈ ਉਹਨਾਂ ਨੂੰ ਫਿਟ ਫੁਟੇਜ ਮਿਲੇ ਕੋਈ ਤਾਂ ਕਿ ਉਹ ਇਹਨਾਂ ਨੂੰ ਮਤਲਬ ਇਹਨੂੰ ਬਦਨਾਮ ਕਰ ਸਕਣ ਪੂਰੇ ਪ੍ਰੋਟੈਸਟ ਨੂੰ ਗੌਰਮੈਂਟ ਦਾ ਇਹ ਮਕਸਦ ਸੀਗਾ। ਗੌਰਮੈਂਟ ਨੂੰ ਬਹਾਨਾ ਮਿਲ ਗਿਆ ਲੇਕਿਨ ਉਹਨੂੰ ਗੌਰਮੈਂਟ ਦਾ ਮਕਸਦ ਸੀਗਾ ਵੀ ਕਿਸੇ ਤਰੀਕੇ ਨਾਲ ਕੋਈ ਐਸਾ ਕੰਮ ਹੋ ਜਾਏ ਜਿਹਦੇ ਨਾਲ ਆਪਸ ਇਹਨਾਂ ਦੀ ਫੁੱਟ ਪੈ ਜਾਏ। ਹੁਣ ਮੇਰੀ ਹੱਥ ਜੋੜ ਕੇ ਸਾਰੇ ਜਿੰਨੇ ਵੀ ਭਰਾ ਆਪਣੇ ਸਿੱਖ ਕੌਮ ਹੈ ਉਹਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਇਹ ਕਿਸੇ ਉੱਤੇ ਕਿੰਤੂ ਉਪਰੰਤੂ ਲੱਛ ਨਾ ਲਾਓ। ਇਹ ਜੇ ਅਸੀਂ ਹੁਣ ਪਾੜਦੇ ਹਾਂ ਇੱਕ ਦੂਜੇ ਨੂੰ ਅਸੀਂ ਕਹਿੰਦੇ ਹਾਂ ਜੇ ਅਸੀਂ ਸਿੱਧੂ ਦੇ ਨਾਲ ਜਾਂ ਉਹਨਾਂ ਸਿੱਧੂ ਜਾਂ ਦੀਪ ਸਿੱਧੂ ਦੇ ਜਾਂ ਜਿਹੜਾ ਲੱਖਾ ਸਿਧਾਣਾ ਉਹਦੇ ਨਾਲ ਖਲੋਤੇ ਹਾਂ ਜਾਂ ਨਹੀਂ ਖਲੋਤੇ ਨੂੰ ਮਾੜਾ ਕਹਿ ਰਿਹਾ ਕੋਈ ਚੰਗਾ ਕਹਿ ਰਿਹਾ। ਗੌਰਮੈਂਟ ਦੀ ਇਹੀ ਚਾਲ ਸੀਗੀ ਕਿ ਅਸੀਂ ਕਿਸੇ ਤਰੀਕੇ ਨਾਲ ਜਿਹੜੀ ਕਮਿਊਨਿਟੀ ਹੈ ਇਹਦੇ ਵਿੱਚ ਆਪਸ ਫੁੱਟ ਪਾਈਏ ਇਹ ਇੱਕ ਦੂਜੇ ਉੱਤੇ ਲਾਛਨ ਸੁੱਟਣ ਤਾਂ ਕਿ ਸਾਡਾ ਜਿਹੜਾ ਉਹਦੇ ਉਹਨੂੰ ਜਿਹੜਾ ਉਹਨਾਂ ਦਾ ਆਈ ਟੀ ਸੈੱਲ ਹੈ ਜਿਹੜਾ ਬੀਜੇਪੀ ਦਾ ਉਹਨੂੰ ਪੂਰਾ ਉਹਨੂੰ ਦੇ ਰਿਹਾ ਪੂਰੀ ਹਵਾ। ਮੇਰੀ ਹੱਥ ਜੁੜ ਕੇ ਬੇਨਤੀ ਹੈ ਕਿ ਸਾਨੂੰ ਇਹਦੇ ਬਾਰੇ ਕੋਈ ਗੱਲ ਨਹੀਂ ਕਰਨੀ ਚਾਹੀਦੀ। ਦੈਟ ਚੈਪਟਰ ਇਜ਼ ਓਵਰ ਜੋ ਕੁਛ ਹੋਇਆ ਬੜਾ ਮੰਦ ਭਾਗਾ ਸੀਗਾ ਕੋਈ ਐਸੀ ਗੱਲ ਨਹੀਂ ਉਹਦੇ ਵਿੱਚ ਇੱਡੇ ਵੱਡੇ ਹਜ਼ੂਮ ਦੇ ਵਿੱਚ ਇੱਡੀ ਵੱਡੀ ਜਦੋਂ ਦੁਨੀਆ ਹੁੰਦੀ ਉਹਦੇ ਵਿੱਚ ਕਿਸੇ ਨੂੰ ਕੋਈ ਵੀ ਕੰਟਰੋਲ ਨਹੀਂ ਕਰ ਸਕਦਾ ਉੱਥੇ ਕੁਛ ਨਹੀਂ ਕਰ ਸਕੀ ਕੁਛ ਜਾਂ ਬੈਠੀ ਰਹੀ ਨਹੀਂ ਕਰ ਸਕੀ ਮਤਲਬ ਮੇਰਾ ਹੱਥ ਜੋੜ ਕੇ ਬੇਨਤੀ ਕਿ ਹੁਣ ਸਾਰੇ ਜਣੇ ਇਕੱਠੇ ਹੋਵੋ ਇਸ ਉੱਤੇ ਕੋਈ ਗੱਲ ਨਾ ਕਰੋ। ਜਿੰਨੇ ਵੀ ਮੇਰੇ ਭੈਣ ਭਰਾ ਹੁਣ ਕੋਈ ਉਹਦੇ ਫੇਵਰ 'ਚ ਬੋਲ ਰਿਹਾ ਕੋਈ ਅਗੇਂਸਟ ਬੋਲ ਰਿਹਾ ਉਹਨੂੰ ਬੰਦ ਕਰੋ। ਇਸ ਸਾਰੇ ਜਿੱਡਾ ਵੀ ਵੱਡਾ ਪ੍ਰੋਟੈਸਟ ਹੈ ਇਟ ਇਜ਼ ਟਰਨਿੰਗ ਇਨਟੂ ਅ ਰੈਵੋਲੂਸ਼ਨ। ਸਾਨੂੰ ਇਹ ਚਾਹੀਦਾ ਕਿ ਅਸੀਂ ਸਾਰੇ ਰਲ ਮਿਲ ਕੇ ਖੱਲਾ ਮਾਰੀਏ। ਇੱਕ ਗੱਲ ਜ਼ਰੂਰ ਯਾਦ ਰੱਖਿਓ ਜੇਕਰ ਇਹ ਪ੍ਰੋਟੈਸਟ ਹਿੰਦੁਸਤਾਨ ਦੇ ਵਿੱਚ ਫੇਲ ਹੋ ਗਿਆ ਇਹ
ਇਹ ਸਮਝ ਲਓ ਕਿ ਉੱਥੇ ਜਿਹੜਾ ਉਹ ਕਹਿੰਦੇ ਨਾ ਹਿੰਦੂ ਰਾਸ਼ਟਰ ਬਣਾਉਣਾ ਹੈ, ਉਹ ਹਿੰਦੂ ਰਾਸ਼ਟਰ ਤੇ ਦੂਰ ਦੀ ਗੱਲ ਹੈ, ਉਹਨਾਂ ਨੇ ਸਭ ਨੂੰ ਲਪੇਟ ਦੇਣਾ। ਇਹ ਤਾਂ ਆ ਜਿਹੜਾ ਸਿੱਖ ਖਲੋਤਾ ਹੈ ਉੱਥੇ ਆਪਣੇ ਵਾਸਤੇ ਨਹੀਂ ਖਲੋਤਾ, ਪੰਜਾਬ ਦਾ ਜਿਹੜਾ ਸਿੱਖ ਹੈ, ਪੰਜਾਬ ਦਾ ਜ਼ਿਮੀਂਦਾਰ ਹੈ, ਉਹਦੇ ਤਾਂ ਹਰ ਇੱਕ ਘਰ ਚੋਂ ਇੱਕ ਇੱਕ ਬੰਦਾ ਬਾਹਰ ਗਿਆ ਹੋਇਆ। ਉਹ ਕੋਈ ਸਰਕਾਰ ਦੇ ਸਿਰ ਤੇ ਨਹੀਂ ਰੋਟੀ ਖਾ ਰਿਹਾ ਹਿੰਦੁਸਤਾਨ ਦਾ ਜਿਹੜਾ ਸਿੱਖ ਜ਼ਿਮੀਂਦਾਰ ਹੈ। ਅੱਜ ਜੇ ਖਲੋਤੇ ਨੇ ਉਹ ਉਹਨਾਂ ਵਾਸਤੇ ਖਲੋਤੇ ਨੇ ਜਿਹੜੇ ਬਾਕੀ ਦੇ ਹਿੰਦੁਸਤਾਨ ਦੇ ਜ਼ਿਮੀਂਦਾਰ ਨੇ, ਜਿਹੜੇ ਇੰਡੀਆ ਦੇ ਜ਼ਿਮੀਂਦਾਰ ਨੇ, ਜਿਹੜੇ ਵਿਚਾਰੇ ਬਿਲਕੁਲ ਹੀ ਖਤਮ ਹੋ ਜਾਣਗੇ। ਦੂਸਰਾ ਇਹ ਗੱਲ ਹੈਗੀ ਹੈ ਕਿ ਜਿਹੜੀ MSRP ਜਿਹੜੀ ਮਾੜੀ ਮੋਟੀ ਦਿੰਦੇ ਨੇ, ਸਿਰਫ 6% ਮਿਲਦੀ ਹੈ, ਉਹ ਜੇ ਮਿਲ ਰਹੀ ਹੈ ਉਹ ਤਾਂ ਆਲਰੇਡੀ ਹਰਿਆਣਾ ਪੰਜਾਬ ਨੂੰ ਮਿਲ ਹੀ ਰਹੀ ਹੈ। ਸਾਡਾ ਮੇਨ ਕੰਮ ਹੈਗਾ ਕਿ ਉਹ ਜਿਹੜੀ MSRP ਹੈ ਉਹ ਗਰੰਟਿਡ ਕਾਨੂੰਨ ਬਣੇ, ਤਾਂ ਕਿ ਜਿੰਨੇ ਹੋਰ 30-35 ਜਿਹੜੀਆਂ ਫਸਲਾਂ ਨੇ ਉਹਦੇ ਉੱਤੇ ਜਿੰਨੇ ਉੱਤੇ ਕਹਿੰਦੇ ਨੇ ਲੇਕਿਨ ਦਿੰਦੇ ਕੁਛ ਨਹੀਂ, ਉਹ ਦਿੱਤਾ ਜਾਏ। ਸਾਨੂੰ ਇਹ ਵੇ ਕਿ ਅਸੀਂ ਹੱਲਾ ਮਾਰੀਏ ਤੇ ਉੱਥੇ ਪਹੁੰਚੀਏ। ਦੂਸਰੀ ਜਿਹੜੀ ਨਾਕਾਮੀ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਉੱਥੇ ਕਿਉਂ ਹੋਇਆ, ਕੀ ਚੱਕਰ ਹੋਇਆ, ਉਹ ਏਦਾਂ ਸੀਗਾ ਕਿ ਜਦੋਂ ਸਾਡੇ ਲੀਡਰ ਕਹਿ ਰਹੇ ਸੀਗੇ ਵੀ ਖੱਪਣ ਬੰਨ ਕੇ ਸਿਰ ਤੇ ਆ ਜਾਓ, ਅਸੀਂ ਫੱਟੇ ਚੱਕ ਦਿਆਂਗੇ, ਅਸੀਂ ਦਿੱਲੀ 'ਚ ਵੜ ਜਾਵਾਂਗੇ, ਅਸੀਂ ਉੱਥੇ ਚੱਲਾਂਗੇ। ਬਾਅਦ 'ਚ ਜਦੋਂ ਇੰਨਾ ਵੱਡਾ ਹਜ਼ੂਮ ਆ ਗਿਆ, ਉਹਨਾਂ ਨੇ ਜਦੋਂ ਜਿਹੜੀ ਗੌਰਮੈਂਟ ਦੇ ਨਾਲ ਸੀਗੀ, ਗੌਰਮੈਂਟ ਤੁਹਾਨੂੰ ਕਿਹਾ ਸੀ 5-4 ਹਜ਼ਾਰ ਟਰੈਕਟਰ ਲਿਆਉਣੇ ਨੇ, ਉਹ ਵੀ ਮਾੜੇ ਮਾੜੇ ਖੁੰਜਿਆਂ ਖਾਂਜਿਆਂ 'ਚੋਂ ਘੁੰਮ ਕੇ ਵਾਪਸ ਹੋ ਜਾਣੇ ਨੇ। ਹੁਣ ਜਿਹੜਾ ਮੇਰੇ ਵਰਗਾ ਬੰਦਾ $25,000-30,000 ਦਾ ਰੁਪਈਏ ਦਾ ਤੇਲ ਪਵਾ ਕੇ ਲਿਆਇਆ ਔਰ ਪੂਰੀ ਕਰਕੇ ਆਇਆ ਵੀ ਮੈਂ ਵੀ ਆਪਣਾ ਹਿੱਸਾ ਪਾਉਣਾ, ਜਨੂੰਨ ਦੇ ਨਾਲ ਆਇਆ, ਉਹਨਾਂ ਨੂੰ ਕਹੋ ਵੀ ਤੂੰ ਆਪਣਾ ਕਿਤੇ ਦੂਜੇ ਪਾਸੇ ਕਿਤੇ ਜਾ ਕੇ ਸੜਕ ਤੇ ਜਾ ਕੇ ਟਰੈਕਟਰ ਘੁਮਾ ਕੇ ਵਾਪਸ ਚਲ ਜਾ, ਉਹ ਮਾੜੀ ਗੱਲ ਸੀਗੀ। ਦੂਸਰਾ ਉਹਨਾਂ ਨੇ ਕਿਹਾ ਜੀ ਟਰੈਕਟਰ ਜਾ ਸਕਦੇ ਟਰਾਲੀਆਂ, ਹੁਣ ਮੇਰੇ ਕੋਲ ਬੰਦਾ ਪੁੱਛੇ ਵੀ ਟਰਾਲੀ ਨੂੰ ਕਿਤੇ ਖਿਲਾਰਾਂਗੇ, ਟਰਾਲੀ ਨੂੰ ਕੋਈ ਹੋਰ ਲੈ ਜਾਏਗਾ ਉੱਥੋਂ। ਇਹ ਜਿਹੜਾ ਉਹਨਾਂ ਦੀ ਜਿਹੜੀ ਕੋਆਰਡੀਨੇਸ਼ਨ ਸੀਗੀ, ਉਹ ਗੌਰਮੈਂਟ ਦੀ ਪਹਿਲੀ ਪਲਾਨ ਸੀ, ਉਹਨਾਂ ਨੇ ਕਨਫਿਊਜ਼ ਕਰਕੇ ਰੱਖਿਆ, ਕਦੀ ਕਹਿੰਦੇ ਅਸੀਂ ਤੁਹਾਨੂੰ ਜਗ੍ਹਾ ਦਿਆਂਗੇ, ਕਦੀ ਕਹਿੰਦੇ ਨਹੀਂ ਦਿਆਂਗੇ, ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਜੇ ਨਹੀਂ ਦਿਓ ਤਾਂ ਚੜਾਂਗੇ, ਫਿਰ ਉਹਨਾਂ ਨੇ ਮਾੜਾ ਮੋਟਾ ਜਗ੍ਹਾ ਦੇ ਦਿੱਤੀ। ਇਸ ਕਰਕੇ ਮੇਰੀ ਹੱਥ ਜੋੜ ਕੇ ਪੂਰੀ ਕੌਮ ਨੂੰ, ਖਾਸ ਕਰਕੇ ਸਿੱਖ ਕੌਮ ਨੂੰ ਬੇਨਤੀ ਹੈ, ਕਿਸੇ ਨੂੰ ਮਾੜਾ ਨਾ ਕਹੋ, ਕਿਸੇ ਨੂੰ ਤੁਸੀਂ ਸਿਰਫ ਇਸ ਚੀਜ਼ ਨੂੰ ਮਿੱਟੀ ਪਾਓ ਤੇ ਆਪਾਂ ਰਲ ਮਿਲ ਕੇ ਹੱਲਾ ਮਾਰੀਏ, ਉਸ ਇਸ ਨੂੰ ਰੈਵੋਲੂਸ਼ਨ ਚ ਬਦਲੀਏ, ਤਾਂ ਕਿ ਜਿਹੜੀ ਹਿੰਦੁਸਤਾਨ ਦੇ ਵਿੱਚ ਇਸ ਟਾਈਮ ਜਿਹੜੀ ਫੰਡਾਮੈਂਟਲਿਸਟ ਗੌਰਮੈਂਟ ਹੈ, ਜਿਹੜੀ ਥ੍ਰੈਟ ਨਿਰੀ ਕਿਸਾਨੀ ਨੂੰ ਥ੍ਰੈਟ ਨਹੀਂ ਹੈਗੀ, ਉਹਦੀ ਜਿਹੜੀ ਮੋਦੀ ਗੌਰਮੈਂਟ ਹੈ ਉਹ ਮਨੋਰਟੀਜ਼ ਨੂੰ ਥ੍ਰੈਟ ਹੈ, ਉਹ ਕ੍ਰਿਸਚੈਨਿਟੀ ਦੇ ਥ੍ਰੈਟ ਹੈ, ਉਹ ਜਿੰਨੀਆਂ ਵੀ ਮਨੋਰਟੀਜ਼ ਨੇ, ਜਿੰਨੇ ਵੀ ਦਲਿਤ ਨੇ, ਜਿੰਨੇ ਵੀ ਭਾਈਚਾਰਾ ਉਹਦੇ ਉੱਤੇ ਵੇ, ਕਿਉਂਕਿ ਉਹਨਾਂ ਦਾ ਤਾਂ ਇੱਕੋ ਹੀ ਮਕਸਦ ਹੈਗਾ ਕਿ ਅਸੀਂ ਇੱਕ ਹਿੰਦੂ ਰਾਸ਼ਟਰ ਬਣਾਉਣਾ, ਜਿੰਨਾ ਉਹਨਾਂ ਨੇ ਜਿਵੇਂ ਅੱਗੇ ਉਹਨਾਂ ਨੇ ਕਸ਼ਮੀਰ ਨੂੰ ਸ਼ਿਕੇ ਤੇ ਟੰਗਿਆ, ਫਿਰ ਮੁਸਲਮਾਨਾਂ ਦੇ ਅਗੇਂਸਟ ਜਿਹੜਾ ਲਾਅ ਬਣਾਇਆ ਉਹਦੇ ਵਾਸਤੇ, ਹੁਣ ਇਹ ਸਾਰੀ ਇਕੱਲੇ ਇਕੱਲੇ ਦੀ ਵਾਰੀ ਹੈ। ਅੱਜ ਚਾਹੀਦਾ ਹਰ ਇੱਕ ਨੂੰ, ਕੌਮ ਜਿਹੜੀ ਵੀ ਹੈ, ਮੇਰੇ ਹਿੰਦੂ ਵੀਰਾਂ ਨੂੰ ਵੀ ਇਹ ਰਿਕੁਐਸਟ ਹੈ ਕਿ ਤੁਸੀਂ ਉੱਥੇ ਇਹ ਭੁੱਲ ਜਾਓ ਕਿ ਉੱਥੇ ਹਿੰਦੂ ਰਾਸ਼ਟਰ ਹੋਏਗਾ, ਉੱਥੇ ਉਹ ਰਾਸ਼ਟਰ ਹੋਏਗਾ ਜਿਹੜਾ ਇੱਕ ਪੂਰਾ ਤਾਨਾਸ਼ਾਹ ਵਾਲਾ ਰਾਸ਼ਟਰ ਹੋਏਗਾ। ਤੁਹਾਨੂੰ ਇਹ ਤੋਂ ਜੇ ਅੱਜ ਜਿਹੜਾ ਵੀ ਕੋਈ ਇਨਸਾਨ ਇਹਦੇ ਨਾਲ ਨਹੀਂ ਲੱਗਦਾ, ਸਮਝ ਲਓ ਉਹ ਦੇਸ਼ ਦੀ ਹਿੱਤ ਦੀ ਗੱਲ ਨਹੀਂ ਕਰ ਰਿਹਾ। ਅੱਜ ਉੱਥੇ ਦੇਸ਼ ਨੂੰ, ਦੇਸ਼ ਦੀ ਡੈਮੋਕ੍ਰੇਸੀ ਨੂੰ ਔਰ ਦੇਸ਼ ਦੀ ਜਿਹੜੀ ਸੈਕੂਲਰਿਜ਼ਮ ਹੈ, ਜਿਹਦੇ ਚ ਧਰਮ ਨਿਰਪੇਖਤਾ ਜਿਹਨੂੰ ਆਪਾਂ ਕਹਿੰਦੇ ਹਾਂ, ਉਹਨੂੰ ਬਚਾਉਣ ਦੀ ਲੋੜ ਹੈਗੀ ਹੈ, ਔਰ ਇਸ ਕਰਕੇ ਇਹ ਰੈਵੋਲੂਸ਼ਨ ਦੇ ਉੱਤੇ ਸਾਨੂੰ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਰਹੀ, ਅਸੀਂ ਕਹਿੰਦੇ ਹਾਂ ਕਿ ਇਹ ਛੋਟੇ ਜ਼ਿਮੀਂਦਾਰਾਂ ਵਾਸਤੇ ਆ, ਵੱਡਿਆਂ ਵਾਸਤੇ ਨਹੀਂ, ਜਾਂ ਇਹ ਸਿਰਫ ਜ਼ਿਮੀਂਦਾਰਾਂ ਵਾਸਤੇ, ਆਮ ਲੋਕਾਂ ਵਾਸਤੇ ਨਹੀਂ। ਇੱਕ ਛੋਟਾ ਜਿਹਾ ਐਗਜ਼ਾਮਪਲ ਹੈ, ਜੇ ਅੱਜ ਇਹ ਸਾਰਾ ਕੁਛ ਕਾਰਪੋਰੇਟ ਘਰਾਣਿਆਂ ਦੇ ਕੋਲ ਚੱਲ ਜਾਏਗਾ, ਉਹਨਾਂ ਨੂੰ ਸਾਰੀਆਂ ਪਾਵਰਾਂ ਮਿਲਣਗੀਆਂ, ਉਹ ਤੁਹਾਡੇ ਕੋਲੋਂ 10 ਰੁਪਏ ਦੀ ਚੀਜ਼ ਖਰੀਦ ਕੇ ਉਹਨੂੰ ਹੋਲਡ ਕਰਨਗੇ, ਉਹਨੂੰ ਬਲੈਕ ਕਰਨਗੇ, ਉਹਨੂੰ ਜਦੋਂ ਹੋਲਡਿੰਗ ਕੀਤੀ ਉਹ ਤਾਂ ਲੀਗਲ ਬਲੈਕ ਹੀ ਹੋ ਗਈ, ਉਹਨੂੰ ਅਗਲੇ 100 ਰੁਪਏ ਚ ਵੇਚਣਗੇ। ਹੁਣ ਜਿਹੜੇ ਬੰਦਾ ਮੇਰੇ ਵਰਗਾ ਦਾਲ ਤਾਂ ਉਹਨੇ ਮਤਲਬ ਕਿ ਕਿਸਾਨ ਕੋਲੋਂ ਦਾਲ 10 ਰੁਪਏ ਦੀ ਗਈ ਹੈ, ਜਾਂ ਕੋਈ ਜਿਹੜਾ ਕੋਈ ਵੀ ਨਾਜ 10 ਰੁਪਏ ਦਾ ਗਿਆ, ਅੱਗੇ ਜਾ ਕੇ ਉਹਨੂੰ 100 ਰੁਪਏ ਦਾ ਖਰੀਦਿਆ 10 ਗੁਣਾ, ਤੋ ਇਸ ਕਰਕੇ ਲੋਕੀ ਸਮਝ ਨਹੀਂ ਰਹੇ। ਔਰ ਬੜਾ ਸੌਖਾ ਹੈ ਡਿਵਾਈਡ ਐਂਡ ਰੂਲ ਵਾਲਾ ਪੱਤਾ, ਬਹੁਤ ਸੌਖਾ ਹੈ, ਬੜੀ ਫਾਸਟ ਚੱਲਦਾ, ਲੋਕਾਂ ਦੇ ਇਮੋਸ਼ਨਸ ਨੂੰ ਖੇਡਦਾ, ਜਿਸ ਤਰ੍ਹਾਂ ਕਿ ਡਿਵਾਈਡ ਐਂਡ ਰੂਲ ਦਾ ਉਹਨਾਂ ਨੇ ਫਟਾਫਟ ਸਾਡੇ ਉੱਤੇ ਸੁੱਟਿਆ ਵੀ ਆਪਸ 'ਚ ਲੜਨ, ਇਸੇ ਤਰ੍ਹਾਂ ਹੀ ਉਹਨਾਂ ਨੇ ਉੱਥੇ ਹਿੰਦੂ ਮਤ ਦਾ ਸੁੱਟਿਆ ਹੋਇਆ। ਅਸੀਂ ਦੇਖ ਹੀ ਲਿਆ ਕਿ ਜਿਹੜਾ ਵੀ ਪੋਲਰਾਈਜੇਸ਼ਨ ਦਾ ਜਿਹੜਾ ਖੇਡ ਹੈ ਕਿਸੇ ਵੀ ਮੁਲਕ ਦੇ ਵਿੱਚ, ਖਾਸ ਕਰਕੇ ਅਸੀਂ ਅਮਰੀਕਾ 'ਚ ਦੇਖ ਲਿਆ, ਟਰੰਪ ਨੇ ਪੋਲਰਾਈਜੇਸ਼ਨ ਮਤਲਬ ਕਿ ਵਾਈਡ ਵਰਸਿਸ ਰੈਸਟ ਕਰ ਦਿੱਤਾ, ਉਹ 4 ਸਾਲਾਂ ਬਾਅਦ ਉਹਨੂੰ ਮਾਰਿਆ ਚੱਕ ਕੇ। ਇਸ ਕਰਕੇ ਜਿਹੜੇ ਸਮਝਦਾਰ ਲੀਡਰ ਨੇ ਉਹਨਾਂ ਨੂੰ ਇਸ ਤੋਂ ਗਰੇਜ਼ ਕਰਨਾ ਚਾਹੀਦਾ। ਔਰ ਅੱਜ ਇਹ ਵੀ ਗੱਲ ਹੈ ਕਿ ਜੇ ਅੱਜ ਮੋਦੀ ਸਰਕਾਰ ਇਹ ਕਾਨੂੰਨਾਂ ਨੂੰ ਮੰਨ ਲੈਂਦੀ ਹੈ, ਅਗਾਂਹ ਵੱਧ ਦਈਏ, ਉਹਦੇ ਨਾਲ ਸਗੋਂ ਅੱਜ ਸਾਰੇ ਜਿਹੜੀ ਕਿਸਾਨੀ ਉਹਦੇ ਨਾਲ ਜੁੜੇਗੀ। ਉਹਦਾ ਜੇ ਉਹ ਇਹ ਤਾਂ ਬੜੀ ਵੱਡੀ ਕਿਸੇ ਵੀ ਲੀਡਰ ਵਾਸਤੇ ਮੂਰਖਤਾ ਹੈ ਕਿ ਉਹ ਇਹੋ ਜਿਹੇ ਟਾਈਮ ਦੇ ਉੱਤੇ ਉਹਨੂੰ ਅਗਾਂਹ ਘਸੀਟੇ ਤੇ ਉਹਦੇ ਉੱਤੇ ਕੋਈ ਡਿਸੀਜਨ ਨਾ ਲਵੇ। ਖਾਲਸਾ ਜੀ, ਖਾਲਸਾ ਜੀ, ਇਸੇ ਤਰ੍ਹਾਂ ਹੀ ਤੁਸੀਂ ਜ਼ਰੂਰ ਜੁੜੇ ਰਹਿਣਾ, ਕਿਉਂਕਿ ਹੋਰ ਵੀ ਕਈ
ਗੱਲਾਂ ਨੇ ਜਿਹੜੀਆਂ ਆਪਾਂ ਤੁਹਾਡੇ ਨਾਲ ਪੁੱਛਾਂਗੇ। ਦੂਸਰਾ ਕਹਿਣਾ ਚਾਹੁੰਦੇ ਕਿ ਜੇ ਕੋਈ ਵੀ ਸੱਜਣ ਕਿਸੇ ਨੂੰ ਵੀ ਕੁਐਸਚਨ ਹੈ ਇਸ ਤੇ, ਆਪਾਂ ਲਾਈਵ ਆ ਤੁਹਾਨੂੰ ਕਿਸਾਨਾਂ ਤੇ ਕੁਐਸਚਨ ਹੈ ਜਾਂ ਕੋਈ ਖਾਲਸਾ ਜੀ ਨੂੰ ਕੁਐਸਚਨ ਹੈ, ਤੁਸੀਂ ਜ਼ਰੂਰ ਸਾਡੇ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਤੇ ਵਿਹਲਾ ਹੋ ਗਿਆ, ਇੱਕ ਛੋਟੀ ਜਿਹੀ ਬ੍ਰੇਕ ਦਾ ਸਮਾਂ, ਬਹੁਤ ਜਲਦੀ ਨਾ ਭੱਜਦਾ ਦਿਓ, ਥੋੜ੍ਹੀ ਜਿਹੀ ਇੱਕ ਛੋਟੀ ਜਿਹੀ ਬ੍ਰੇਕ ਹੋਣੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ। ਸਤਿ ਸ਼੍ਰੀ ਅਕਾਲ। ਮੈਂ ਜਮੀ ਬਰਾੜ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹਾਂ। ਤੁਹਾਡੇ ਸਿਲਸਿਲਾ ਆਪਣਾ ਉਹੀ ਆ ਕਿ ਕਮਿਊਨਿਟੀ ਕਨੈਕਟ ਨੂੰ ਲੈ ਕੇ ਜੋ ਫਾਰਮਰਾਂ ਦਾ ਹੈ, ਤੇ ਆਪਣੇ ਨਾਲ ਆਪਣੇ ਕਾਲਰ ਜੁੜੇ ਹੋਏ ਨੇ ਗੁਰਿੰਦਰ ਸਿੰਘ ਜੀ ਖਾਲਸਾ, ਤੇ ਆਪਾਂ ਫਿਰ ਉਹੀ ਗੱਲਾਂ ਤੋਂ ਵਾਪਸ ਆਉਂਦੇ ਹਾਂ ਕਿ ਜੋ ਹੋਇਆ ਮੰਦਭਾਗਾ ਹੋਇਆ, ਜੋ ਉਹਨਾਂ ਨੇ ਤੁਹਾਨੂੰ ਦੱਸਿਆ। ਹੁਣ ਥੋੜ੍ਹੇ ਜਿਹੜੇ ਆਪਣੇ ਕੁਐਸਚਨ ਆ ਉਹ ਬਦਲਾਂਗੇ ਥੋੜ੍ਹੇ ਜਿਹੇ, ਜਿਹੜੇ ਆਪਾਂ ਥੋੜ੍ਹੀਆਂ ਇੱਥੇ ਦੀਆਂ ਗੱਲਾਂ ਕਰਾਂਗੇ, ਕੁਛ ਉਹਦੇ ਨਾਲ ਮਿਕਸ ਕਰਾਂਗੇ ਆਪਣੇ ਗੌਰਮੈਂਟ ਇੰਡੀਆ ਦੀਆਂ। ਪਰ ਇਹਦੇ ਨਾਲ ਨਾਲ ਸਾਡੇ ਨਾਲ ਕਾਲਰ ਜੁੜੇ ਨੇ ਜਿਹੜੇ ਖਾਲਸਾ ਜੀ ਨੂੰ ਕੁਐਸਚਨ ਪੁੱਛਣਾ ਚਾਹੁੰਦੇ ਨੇ। ਜੀ, ਤੁਸੀਂ ਔਨ ਏਅਰ ਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਜੀ ਖਾਲਸਾ ਫਤਿਹ ਜੀ। ਖਾਲਸਾ ਜੀ, ਮੇਰਾ ਇੱਕ ਇਹ ਕੁਐਸਚਨ ਹੈਗਾ ਕਿ ਆਪਣੇ ਇੰਡੀਆ ਮੀਡੀਆ ਟੀਵੀ ਤੇ ਤਾਂ ਨਹੀਂ, ਪਰ ਜਿਹੜੇ ਇੱਥੇ ਦੇ ਲੋਕਲ ਅਮੈਰੀਕਨ ਚੈਨਲ ਆ ਉਹਦੇ ਤੇ ਇੱਕ ਸਾਨੂੰ ਵੀਡੀਓ ਵੇਖਣ ਨੂੰ ਮਿਲੀ ਔਰ ਬੜਾ ਮਨ ਦੇ ਵਿੱਚ ਕੁਐਸਚਨ ਉੱਠਿਆ ਜਿਹੜਾ ਮੈਂ ਤੁਹਾਨੂੰ ਪੁੱਛਣ ਲੱਗਾ ਹੈਗਾ। 26 ਜਨਵਰੀ ਵਾਲੇ ਦਿਨ ਜਿਹੜੀ ਤਾਂ ਇੰਡੀਆ ਦੀ ਕੋਈ ਵੀ ਗੱਲ ਹੈਗੀ ਉਹ ਤਾਂ ਬੜੀ ਮੰਦਭਾਗੀ ਹੈਗੀ ਆ, ਅਸੀਂ ਪ੍ਰੋਟੈਸਟ ਉੱਥੇ ਜੋ ਵੀ ਆ ਉਸ ਪਾਸੇ ਲਿਆ, ਪਰ 26 ਜਨਵਰੀ ਨੂੰ ਇੱਥੇ ਮੈਨਹੈਟਨ ਦੇ ਵਿੱਚ ਜਿਹੜੀ ਇੱਕ ਪਰੇਡ ਨਿਕਲੀ ਆ, ਲੰਬਾ 100-150 ਕਾਰ ਦਾ ਜਿਹੜਾ ਕਾਫਲਾ ਸੀਗਾ ਉਹਦੇ ਖਾਲਿਸਤਾਨ ਦੇ ਝੰਡੇ ਲੱਗੇ ਹੋਏ ਸੀਗੇ, ਤਾਂ ਉਹ ਕਿਹੜਾ ਪ੍ਰੋਟੈਸਟ ਸੀਗਾ, ਕਿਸਾਨਾਂ ਲਈ ਸੀਗਾ ਜਾਂ ਕੀ ਸੀਗਾ? ਉਸ ਤੋਂ ਬਾਅਦ ਉਹੀ ਚੈਨਲ ਤੇ ਦੇਖਣ ਨੂੰ ਮਿਲਿਆ, ਇੱਥੇ ਅਮੈਰੀਕਨ ਦੇ ਜਿਹੜੇ ਲੋਕਲ ਚੈਨਲ ਹੈਗੇ ਆ ਜਿੱਦਾਂ ਕੁਈਨਸ ਪਬਲਿਕ ਟੈਲੀਵਿਜ਼ਨ ਆ ਜਾਂ ਹੋਰ ਹੈਗੇ ਆ, ਤਾਂ ਉਹ ਕਿਸੇ ਅਮੈਰੀਕਨ ਨੇ ਉਹ ਸ਼ੂਟ ਕਰਕੇ ਉੱਤੇ ਪਾਇਆ ਸੀਗਾ, ਤਾਂ ਉਹ ਤੋਂ ਬਾਅਦ ਜਿਹੜਾ ਇੰਡੀਅਨ ਕੌਂਸਲੇਟ ਆ ਉਹਦੇ ਮੋਹਰੇ ਵੀ 26 ਤਰੀਕ ਨੂੰ ਸੇਮ ਟਾਈਮ ਤੇ ਖਾਲਿਸਤਾਨ ਦੇ ਝੰਡੇ ਲੈ ਕੇ ਤਾਂ ਕਿਸਾਨਾਂ ਲਈ ਪ੍ਰੋਟੈਸਟ ਕੀਤਾ ਜਾਂਦਾ, ਉਹ ਕਿੱਧਰਲੇ ਪਾਸੇ ਲਾਇਆ ਜਾਵੇ ਕਿ ਉਹ ਪ੍ਰੋਟੈਸਟ ਜਿਹੜਾ ਕਿਸਾਨਾਂ ਲਈ ਆ ਜਾਂ ਖਾਲਿਸਤਾਨ ਦੇ ਲਈ ਆ? ਕਿਉਂਕਿ ਬਹੁਤ ਲੰਬੀ ਪਰੇਡ ਅਸੀਂ ਲੱਭ ਰਹੇ ਹਾਂ ਕਿ ਉਹ ਸਾਨੂੰ ਦੁਬਾਰਾ ਅਗਰ ਉੱਥੋਂ ਫੁਟੇਜ ਮਿਲ ਜਾਵੇ ਕਿਤੇ ਤਾਂ ਅਸੀਂ ਵੀ ਦੇਖੀਏ ਤਾਂ ਆਪਣੇ ਇੰਡੀਅਨ ਚੈਨਲਸ ਨੂੰ ਵੀ ਭੇਜੀਏ। ਤਾਂ ਇਹ ਦੇਖਣ 'ਚ ਮਿਲਿਆ, ਉਹ ਬੰਦਾ ਬੋਲੇ ਸੀ ਕਹਿੰਦਾ ਆਮ ਸੋ ਕਨਫਿਊਜ਼, ਕਿਉਂਕਿ ਉਹ ਅੰਗਰੇਜ਼ੀ 'ਚ ਕਮੈਂਟਰੀ ਕਰ ਰਿਹਾ ਸੀ ਨਾਲ ਦੀ ਨਾਲ, ਕਿ ਸੋ ਕਨਫਿਊਜ਼ ਵਟ ਇਜ਼ ਦਿਸ ਗੋਇੰਗ ਆਨ ਐਂਡ ਹੀ ਰੀਡ ਦਿਸ ਇਜ਼ ਖਾਲਿਸਤਾਨ ਸਮਥਿੰਗ, ਉਹ ਪ੍ਰੋਨਾਂਸ ਨਹੀਂ ਕੀਤਾ ਉਹਨੇ ਪੂਰਾ, ਤਾਂ ਇਹ ਕੀ ਚੀਜ਼ ਆ, ਇਹ ਕਿੱਥੇ ਖੜਦਾ ਜਾ ਕੇ? ਦੇਖੋ ਅੱਜ ਤੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਦੇਖੋ ਖਾਲਿਸਤਾਨ ਦੀ ਜਿਹੜੀ ਮੂਵਮੈਂਟ ਹੈ ਉਹ ਤਾਂ ਜਦੋਂ ਤੋਂ 1984 ਦੇ ਸਿੱਖ ਜੈਨੋਸਾਈਡ ਤੋਂ ਬਾਅਦ ਜਿੰਨਾ ਵੀ ਤਸ਼ੱਦਦ ਉਹਨਾਂ ਨੇ ਢਾਇਆ, ਉਹ ਜਿਹੜੇ ਸਾਡੇ ਵਰਗੇ ਇੱਥੇ ਅਮਰੀਕਾ ਦੀ ਧਰਤੀ 'ਚ ਪਹੁੰਚੇ, ਕਿਉਂਕਿ ਸਾਨੂੰ ਇੱਥੇ ਆਉਣ ਦੀ ਲੋੜ ਕੀ ਸੀ ਜੇਕਰ ਸਾਡੇ ਮੁਲਕ ਦੇ ਵਿੱਚ ਸਾਡੇ ਇੱਜ਼ਤ ਆਬਰੂ ਦੀ, ਸਾਡੀ ਜਾਨ ਮਾਲ ਦੀ, ਉਹਨਾਂ ਚੀਜ਼ਾਂ ਦੀ ਰੱਖਿਆ ਹੁੰਦੀ? ਦੇਖੋ ਇਸ ਮੁਲਕ ਦੇ ਵਿੱਚ ਬੰਦਾ 3 ਕਾਰਨਾਂ ਕਰਕੇ ਆਇਆ ਹੈਗਾ। ਉਹ ਹੈਗਾ ਕਿ ਸਭ ਤੋਂ ਵੱਡਾ, ਖਾਸ ਕਰਕੇ ਜਿਹੜਾ ਸਿੱਖ ਆਏ ਨੇ ਜੈਨੋਸਾਈਡ 84 ਤੋਂ ਬਾਅਦ, ਉਹ ਇਹ ਹੈਗਾ ਕਿ ਸਾਡੇ ਵਾਸਤੇ ਡਿਗਨਿਟੀ ਐਂਡ ਰਿਸਪੈਕਟ ਸਭ ਤੋਂ ਪਹਿਲਾਂ ਸੀ। ਜਿਹੜੀ ਉੱਥੇ ਸਿੱਖਾਂ ਨੇ ਦੀ ਵਲੁੰਦਰੀ ਗਈ 10 ਸਾਲ ਲਗਾਤਾਰ, ਜੋ ਉੱਥੇ ਸਿੱਖੀ ਦਾ, ਸਿੱਖ ਕੌਮ ਦਾ ਘਾਣ ਹੋਇਆ, ਉਹ ਤੋਂ ਕੋਈ ਵੀ ਐਸਾ ਨਹੀਂ ਹੈਗਾ ਜਿਹੜਾ ਜਾਣੂ ਨਾ ਹੋਏ, ਤੇ ਜਿਹੜਾ ਨਹੀਂ ਜਾਣਦਾ ਇਹਦਾ ਮਤਲਬ ਕਿ ਉਹ ਬਣਦਾ। ਦੂਸਰੀ ਗੱਲ ਇਹ ਕਿ ਇਹਦੇ 'ਚ ਉਹਦੇ ਕਰਕੇ ਆਏ, ਤੇ ਜੇ ਹੁਣ ਉਸਤੋਂ ਜਿਹੜਾ ਬੰਦਾ ਇੱਥੇ ਆਇਆ ਹੋਇਆ ਉਹਦੇ ਵਾਸਤੇ ਜਿਹਨੂੰ ਫੱਟ ਵੱਜਾ ਨਾ, ਉਹਨੂੰ ਤਾਂ ਨਹੀਂ ਭੁੱਲਦਾ। ਉਹਦੇ ਵਾਸਤੇ ਜਦੋਂ ਵੀ ਕੋਈ ਹਿੰਦੁਸਤਾਨ ਦਾ ਕਿਤੇ ਵੀ ਕੋਈ ਵੀ ਕੰਮ ਹੋਣਾ, ਉਹਨੇ ਤੇ ਆਪਣਾ ਝੰਡਾ ਚੱਕਣਾ ਹੀ ਹੈ। ਉਹਦੇ 'ਚ ਇਹ ਨਹੀਂ ਕਹਿ ਸਕਦੇ ਜੇ ਜਿਹੜੇ ਦਿਲ ਦੇ ਵਿੱਚ ਉਹ ਇੱਡੀ ਤਸ਼ੱਦਦ ਤੇ ਇੱਡੇ ਵੱਡਾ ਜਿਹੜਾ ਕਾਂਡ ਸੀ, ਖਾਸ ਕਰਕੇ ਉਹਨਾਂ ਬੰਦਿਆਂ ਨੇ। ਹੁਣ ਜੇ ਮੰਨ ਲਓ ਮੈਂ ਆਪਣੇ ਦੀ ਗੱਲ ਦੱਸਣਾ, ਮੇਰੇ ਪਿਤਾ ਜੀ ਦੇ ਉੱਤੇ ਟਾਡਾ ਲਾਇਆ ਸੀਗਾ, ਅਸੀਂ ਜਦ ਕਿ ਹਰਿਆਣੇ ਦੇ ਰਹਿਣ ਵਾਲੇ ਹਾਂ। ਉਹਦੇ 'ਚ ਵੀ ਕਿ ਕਈਆਂ ਦੀਆਂ ਭੈਣ ਭਰਾ ਗਏ, ਕਿਹਨਾਂ ਦੇ ਬੱਚੇ ਗਏ, ਮਤਲਬ ਕਿ ਜਿੰਨਾ ਹੋਇਆ ਉਹਨਾਂ, ਉਹ ਜੇ ਇੱਥੇ ਰਹਿ ਰਹੇ ਨੇ ਜਾਂ ਉਹਨਾਂ ਦੇ ਅੱਗੋਂ ਬੱਚੇ ਰਹਿ ਰਹੇ ਨੇ, ਉਹਨਾਂ ਤੇ ਹੀ ਦੱਸਿਆ ਵੀ ਆਹ ਹੋਇਆ ਔਰ ਇਹ ਸੱਚ ਵੀ ਹੈ, ਔਰ ਉਹਦਾ ਅੱਜ ਤੱਕ ਕੋਈ ਕਿਸੇ ਨੂੰ ਉਹਦਾ ਜਸਟਿਸ ਨਹੀਂ ਮਿਲਿਆ। ਇਸ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਕਿਸੇ ਨੂੰ ਬਈ ਤੁਸੀਂ ਆ ਗਏ ਖਾਲਿਸਤਾਨ ਦਾ ਨਾਲ ਝੰਡਾ ਨਾ ਲਿਆ। ਰਿਕੁਐਸਟ ਕਰ ਸਕਦਾ ਬੰਦਾ, ਪਰ ਤੁਸੀਂ ਫੋਰਸਫੁਲੀ ਕਿਸੇ ਨੂੰ ਨਹੀਂ ਰੱਖ ਸਕਦੇ, ਕਿਉਂਕਿ ਜਦੋਂ ਵੀ ਕੋਈ ਪ੍ਰੋਟੈਸਟ ਹੁੰਦਾ ਉਹ ਪ੍ਰੋਟੈਸਟ ਸਾਰਿਆਂ ਦਾ ਸਾਂਝਾ ਹੈ। ਉਹਦੇ 'ਚ ਤੁਸੀਂ ਕਿਸੇ ਨੂੰ ਵੀਰ ਭਰਾ ਕਹਿ ਕੇ ਕਰ ਸਕਦੇ ਹੋ ਵੀ ਠੀਕ ਹੈ, ਇਹ ਤੁਹਾਡਾ ਵੀ ਜੋ ਵੀ ਹੈ ਜੈਨੂਅਨ ਹੈ, ਲੇਕਿਨ ਅਸੀਂ ਉਹਨੂੰ ਨਹੀਂ ਨਕਾਰਦੇ। ਇਹਦੇ ਨਾਲ ਨਾਲ ਇਹ ਗੱਲ ਹੈਗੀ ਹੈ ਕਿ ਇਸ ਟਾਈਮ ਇਹਦੀ ਇਹਨੂੰ ਥੋੜ੍ਹਾ ਜਿਹਾ ਇਹਨੂੰ ਗਰੇਜ਼ ਕਰੋ ਤਾਂ ਕਿ ਸਾਡਾ ਜਿਹੜਾ ਫਾਰਮਰਸ ਦਾ ਜਿਹੜਾ ਪ੍ਰੋਟੈਸਟ ਹੈ ਉਹ ਕਿਤੇ ਅੱਗੇ ਪਿੱਛੇ ਨਾ ਹੋ ਜੇ। ਇੱਕ ਤਾਂ ਇਹ ਗੱਲ ਹੋ ਸਕਦੀ ਹੈ। ਦੂਸਰਾ, ਜਿਹੜੀ ਆਪਾਂ ਨੂੰ ਇਹ ਬਿਲਕੁਲ ਧਿਆਨ ਰੱਖਣਾ ਚਾਹੀਦਾ
ਜਿਹੜੀਆਂ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਉਹ ਜਿਹੜੀਆਂ ਉਹਨਾਂ ਦੇ ਹੱਥਾਂ ਦੇ ਵਿੱਚ ਕੁਛ ਲੋਕ ਜਿਹੜੇ ਨੇ ਉਹ ਕੰਮ ਕਰਦੇ ਨੇ ਐਵੇਂ ਦਾ ਕੰਮ ਜਿਹੜਾ ਇੱਥੇ ਜਿਹੜੀਆਂ ਇੰਡੀਅਨ ਅੰਬੈਸੀਜ ਨੇ ਇੰਡੀਅਨ ਏਜੰਸੀਜ ਨੇ ਉਹ ਬਲਕਿ ਪੈਸੇ ਦੇ ਕੇ ਐਵੇਂ ਦੇ ਬੰਦਿਆਂ ਨੂੰ ਉੱਥੇ ਖੜਾ ਕਰਦੀਆਂ ਨੇ ਵੀ ਤੁਸੀਂ ਐਵੇਂ ਦੇ ਝੰਡੇ ਚੱਕੋ। ਤੋਂ ਦੋ ਤਰ੍ਹਾਂ ਦੇ ਬੰਦੇ ਨੇ, ਇੱਕ ਤਾਂ ਜਿਹੜੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਦਰਦ ਕਦੇ ਨਹੀਂ ਜਾ ਸਕਦਾ, ਨੈਵਰ ਫੋਰਗੈਟ 84, ਔਰ ਉਹ ਸਮਝਦੇ ਨੇ ਕੁਛ ਵੀ ਇਸ ਟਾਈਮ ਨਹੀਂ ਹੈਗਾ, ਕੁਛ ਜਿਹੜੇ ਨੇ ਜ਼ਿਆਦਾ ਉਹਦੇ ਵਰਲਾਪ ਜਾਂ ਉਹਦੇ ਚ ਆਉਂਦੇ ਨੇ ਉਹ ਲੈ ਲੈਂਦੇ ਨੇ, ਲੇਕਿਨ ਕਾਫੀ ਸਾਰੇ ਜਿਹੜੇ ਇੱਥੇ ਨੇ ਉਹ ਝੰਡੇ ਜਿਹੜੇ ਖਾਲਸਾ ਨੇ ਚੱਕੇ ਨੇ ਉਹ ਏਜੰਸੀਆਂ ਦੇ ਬੰਦੇ ਵੀ ਉੱਥੇ ਚੱਕ ਲੈਂਦੇ ਨੇ, ਤਾਂ ਕਿ ਏਜੰਸੀਆਂ ਚਾਹੁੰਦੀਆਂ ਨੇ ਕਿ ਐਵੇਂ ਦਾ ਕੰਮ ਹੋਏ ਤਾਂ ਕਿ ਸਿੱਖਾਂ ਨੂੰ ਜਾਂ ਫਾਰਮਰਸ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਬਦਨਾਮ ਕੀਤਾ ਜਾਏ। ਸਾਨੂੰ ਬਹੁਤ ਹੀ ਚਨੱਕੇ ਰਹਿਣ ਦੀ, ਕਿਉਂਕਿ ਚਨੱਕਿਆ ਨੀਤੀ ਵਰਤਦੇ ਨੇ ਉਹਨਾਂ ਵਾਸਤੇ ਜਿਹੜੀ ਹਿੰਦੁਸਤਾਨ ਦੀ ਗੌਰਮੈਂਟ ਹੈ ਜਿਹੜੀ ਏਡੀ ਵੱਡੀ, ਮਤਲਬ ਕਿ ਉਹ ਹਰ ਟਾਈਮ ਲੱਭਦੇ ਨੇ ਕਿਸੇ ਨਾ ਕਿਸੇ ਅਸੀਂ ਪੋਲਰਾਈਜ਼ ਕਰੀਏ, ਹਿੰਦੂ ਸਿੱਖ ਦੇ ਬੇਸ ਤੇ, ਹਿੰਦੂ ਮੁਸਲਿਮ ਦੇ ਬੇਸ ਤੇ, ਦਲਿਤ ਦੇ ਬੇਸ ਤੇ, ਉਹਦੇ ਬੇਸ ਤੇ। ਤੋਂ ਇਸ ਕਰਕੇ ਮੇਰੇ ਹਿਸਾਬ ਨਾਲ ਬਗਦਾਦ ਦੇ ਵਿੱਚ ਉਹ ਗੌਰਮੈਂਟ ਦੀਆਂ ਏਜੰਸੀਆਂ ਨੇ, ਲੇਕਿਨ ਕੁਛ ਮੇਰੇ ਵਰਗੇ ਉਹ ਵੀ ਭੈਣ ਭਰਾ ਨੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਦੇ ਫੱਟ ਖਾਧੇ ਨੇ, ਉਹਨਾਂ ਵਾਸਤੇ ਜਦੋਂ ਵੀ ਕਿਤੇ ਵਹਿਮ ਦਾ ਹੁੰਦਾ ਉਹ ਤਾਂ ਝੰਡਾ ਲੈ ਕੇ ਜਾਣਗੇ। ਮਤਲਬ ਮੈਂ ਦੋਵੇਂ ਤਰ੍ਹਾਂ ਦੇ ਹੈਗੇ ਨੇ, ਪਰ ਮੇਰੀ ਹਾਂਜੀ ਤੁਹਾਡਾ ਕਹਿਣ ਦਾ ਮਤਲਬ ਕਿ ਜਿਹੜਾ ਇੱਥੇ ਵੀ ਜਿੱਦਾਂ ਮੰਨ ਲਓ ਇੰਡੀਅਨ ਅੰਬੈਸੀ ਜਿਹੜਾ ਨਿਊਯਾਰਕ ਆ ਖਾਸ ਤੌਰ 'ਤੇ, ਇਹਦੇ 'ਤੇ ਵੀ ਜਿਹੜੇ ਬੰਦੇ ਉਹ ਇੰਡੀਆ ਗੌਰਮੈਂਟ ਦੇ ਖਰੀਦਦੇ ਹੁੰਦੇ ਆ, ਕਿਉਂਕਿ ਇੱਥੇ NRI ਤਾਂ ਝੱਟ ਪਛਾਣ ਹੋ ਜਾਂਦੇ, ਇੰਨੀ ਤਾਂ ਮਕਦਾਦ ਹੈ ਹੀ ਨਹੀਂ ਇੱਥੇ, ਇੱਥੇ ਤਾਂ ਜਿਹੜੇ ਚਿਹਰੇ ਆ ਉਹ ਪਛਾਣੇ ਜਾਂਦੇ ਆ। ਜੇ ਮੰਨ ਲਓ ਤੁਸੀਂ ਇਹ ਕਹਿੰਦੇ ਆ ਕਿ ਉਹਨਾਂ ਨੂੰ ਅਸੀਂ ਪਛਾਣ ਸਕਦੇ ਹਾਂ ਜਾਂ ਜਿਹੜੇ ਕੋਈ ਦੂਜੇ ਬੰਦੇ ਉਹਨਾਂ ਨੂੰ ਅਸੀਂ ਰਿਕੁਐਸਟ ਕਰ ਸਕਦੇ ਹੈਗੇ ਹਾਂ, ਮਗਰ ਜਿਹੜਾ ਇੱਥੇ ਆਮ ਜਿਹੜਾ ਹੁਣ ਜਿੱਦਾਂ ਮੰਨ ਲਓ ਕਹਿੰਦੇ ਸੀਗੇ ਕਿ ਜਿਹੜੀ ਇੰਡੀਅਨ ਗੌਰਮੈਂਟ ਆ ਉਹਨੂੰ ਸਿਰਫ ਤੇ ਸਿਰਫ 90 ਸੈਕਿੰਡ ਦੀ ਇੱਕ ਵੀਡੀਓ ਚਾਹੀਦੀ ਆ, ਠੀਕ ਆ, ਕਿਹਾ ਹੋਇਆ ਕਿ ਜਿਹੜੀ ਇੱਥੇ ਦੀ ਵੀਡੀਓ ਆ ਉਹਨਾਂ ਦੇ ਬੰਦੇ ਇੱਥੋਂ ਰਿਕਾਰਡ ਕਰਕੇ ਉੱਥੇ ਨਹੀਂ ਲੈ ਜਾਂਦੇ, ਉਹਨਾਂ ਕੋਲ ਐਵੀਡੈਂਸ ਨਹੀਂ ਬਣਦੇ ਹੈਗੇ, ਤੇ ਇਹ ਅਸੀਂ ਕਹਿਣ ਦਾ ਮਤਲਬ ਕਿ ਕਿਉਂ ਇਸ ਪਾਸੇ ਨੂੰ ਚੱਲਦੇ ਹੈਗੇ ਆ, ਕੀ ਉਹ ਸਾਡਾ ਉਸ ਵੇਲੇ ਹੁੰਦਾ ਕਿ ਉਦੋਂ ਜਿਹੜਾ ਪ੍ਰੋਸੈਸ ਸੀਗਾ ਉਹਦੇ ਵਿੱਚ ਤਾਂ 26 ਜਨਵਰੀ ਨੂੰ ਇਹ ਹੋ ਸਕਦਾ ਸੀ ਕਿਸਾਨਾਂ ਲਈ, ਕਿਸਾਨਾਂ ਦੇ ਝੰਡੇ ਲੈ ਕੇ ਅਸੀਂ ਇੰਡੀਅਨ ਕੌਂਸਲੇਟ ਤੇ ਜਾਂ ਮੰਨ ਲਓ ਇੱਥੇ ਜਿਹੜੇ ਅਸੀਂ ਪਰੇਡ ਕੱਢਦੇ ਹਾਂ, ਲੋਕੀ ਤਾਂ ਇੱਥੇ ਦੇ, ਮੰਨ ਲਓ ਆਪਾਂ ਇੱਕ ਇੱਥੇ ਪਰੇਡਾਂ ਕੱਢਣ ਦਾ ਕਾਰਨ ਆ ਕਿ ਅਸੀਂ ਇੱਥੇ ਦੀ ਅਮੈਰੀਕਨ ਜਿਹੜੇ ਗੋਰੇ ਆ ਜਾਂ ਹੋਰ ਬੰਦੇ ਆ ਉਹਨਾਂ ਕਮਿਊਨਿਟੀ ਨੂੰ ਦੱਸੀਏ ਕਿ ਅਸੀਂ ਫਾਰਮਰ, ਇੱਥੇ ਫਾਰਮਰ ਨੂੰ ਸਮਝਦੇ ਆ ਸਾਰੇ, ਸਾਰਿਆਂ ਨੂੰ ਪਤਾ ਕਿ ਫਾਰਮਰ ਦਾ ਅਗੇਂਸਟ ਆ, ਜਦੋਂ ਇੱਕ ਦੂਸਰਾ ਸਾਹਮਣੇ ਪ੍ਰੋਟੈਸਟ ਆ ਜਾਂਦਾ ਉਹ ਕਨਫਿਊਜ਼ ਹੋ ਜਾਂਦੇ ਹੈਗੇ ਆ ਕਿ ਅਸੀਂ ਕਹਿਣ ਦਾ ਮਤਲਬ ਕਿ ਅਸੀਂ ਖੜਦੇ ਕਿੱਥੇ ਹਾਂ, ਅਸੀਂ ਕੀ ਲੋਕਾਂ ਨੂੰ ਇੱਥੇ ਦਿਖਾਉਣਾ ਚਾਹੁੰਦੇ ਹਾਂ, ਜਿਹੜੀਆਂ ਅਸੀਂ ਐਡੀਆਂ ਐਡੀਆਂ ਪਰੇਡਾਂ ਕੱਢਦੇ ਹਾਂ, ਚਾਹੇ ਅਸੀਂ ਕੈਲੀਫੋਰਨੀਆ 'ਚ ਕੱਢਦੇ ਹਾਂ ਜਾਂ ਇੱਥੇ ਕੱਢਦੇ ਹੈਗੇ ਹਾਂ, ਤਾਂ ਇਹਦਾ ਵਿਸ਼ਲੇਸ਼ਣ ਅਸੀਂ ਕੀ ਕਰ ਸਕਦੇ ਹਾਂ? ਨਹੀਂ ਨਹੀਂ ਦੇਖੋ, ਇਹ ਦੋ ਅਲੱਗ ਅਲੱਗ ਚੀਜ਼ਾਂ ਨੇ, ਆਪਾਂ ਨੂੰ ਕਨਫਿਊਜ਼ ਨਾ ਕਰੀਏ। ਉਹਦਾ ਇਹ ਹੈ ਕਿ ਜੇ ਮੰਨ ਲਓ ਕੋਈ, ਤੁਸੀਂ ਕਹਿੰਦੇ ਹੋ ਵੀ ਦੇਖੋ 26 ਜਨਵਰੀ ਨੂੰ ਜਿੰਨੇ ਵੀ ਖਾਲਿਸਤਾਨੀ ਸਮਰਥਕ ਨੇ ਅਮਰੀਕਾ ਦੇ ਵਿੱਚ, ਉਹ ਤਾਂ 26 ਜਨਵਰੀ ਨੂੰ 15 ਅਗਸਤ ਨੂੰ ਹਰ ਵਾਰੀ ਜਾਂਦੇ ਨੇ, ਇਸ ਵਾਰੀ ਸਗੋਂ ਉਹਨਾਂ ਨੂੰ ਹੋਰ ਟਾਈਮ ਮਿਲ ਗਿਆ ਭਾਈ ਹੋਰ ਜਾ ਰਹੇ ਨੇ ਫਾਰਮਰ ਨਾਲ, ਅਸੀਂ ਉੱਥੇ ਹੋਰ ਸਗੋਂ ਸਾਡੀ ਨਾਲ ਹੋਰ ਯੂਨਿਟੀ ਹੋ ਜਾਏਗੀ। ਲੇਕਿਨ ਇਹ ਗੱਲ ਨੂੰ ਜ਼ਰੂਰ, ਮੈਨੂੰ ਇਹ ਕੁਐਸਚਨ ਹੈਗਾ ਕਿ ਦੇਖੋ ਕਿਤੇ ਨਾ ਖਾਸ ਕਰਕੇ ਏਜੰਸੀਆਂ ਨਾਲ ਕੰਮ ਕਰ ਰਹੇ ਨੇ, ਹੁਣ ਮੈਨੂੰ ਇਹ ਦੱਸੋ ਨਾ ਜਿੱਥੇ ਇੱਕ ਆਪਾਂ ਸਾਰੇ ਦੇਖੋ ਹਰ ਇੱਕ ਨੂੰ ਇੱਕ ਤੜਫ ਹੈ, 84 ਦੇ ਜਿਹੜਾ ਕਤਲੇਆਮ ਹੋਇਆ, ਰਾਈਟ, ਹਰ ਇੱਕ ਨੂੰ ਉਹਦੀ ਤੜਫ ਹੈਗੀ ਹੈ ਬਈ ਇਹ ਕਿਉਂ ਹੋਇਆ, ਇਹ ਨਾ ਭੁੱਲਣ ਵਾਲਾ ਹੈਗਾ। ਲੇਕਿਨ ਇਹ ਚੀਜ਼ ਜ਼ਰੂਰ ਯਾਦ ਰੱਖਣੀ ਚਾਹੀਦੀ ਕਿ ਹੁਣ ਜਿਸ ਤਰ੍ਹਾਂ ਉੱਥੇ ਫਾਰਮ ਪ੍ਰੋਟੈਸਟ ਹੋ ਰਿਹਾ ਸੀਗਾ, ਉੱਥੇ ਕਿਹਾ ਸੀਗਾ ਵੀ ਕਿਸੇ ਵੀ ਤਰੀਕੇ ਨਾਲ ਹਿੰਦੁਸਤਾਨ ਦੇ ਵਿੱਚ ਇਹਨੂੰ ਕੋਈ ਵੀ ਰਿਲੀਜੀਅਸ ਰੰਗਤ ਨਾ ਦਿੱਤੀ ਜਾਏ। ਮੈਂ ਇਹ ਗੱਲ ਕਹਿਣਾ ਵਾਂ ਕਿ ਭਾਵੇਂ ਖਾਲਿਸਤਾਨ ਦਾ ਜਾਂ 2020 ਦਾ ਜਾਂ ਸਿੱਖ ਫਾਰ ਜਸਟਿਸ ਦਾ ਉਹਦਾ ਗੁਰਪਤਵੰਤ ਪੰਨੂ ਦਾ ਪ੍ਰੋਗਰਾਮ ਹੈਗਾ ਸੀਗਾ, ਮਤਲਬ ਜੋ ਵੀ ਹੈ, ਪਰ ਮੈਨੂੰ ਇਹ ਦੱਸੋ ਕਿ ਜੇ ਉਹਨੇ ਜਿਹੜੇ ਸਿੱਖ ਫਾਰ ਜਸਟਿਸ ਨੇ ਜੇ ਉੱਥੇ ਇਹ ਐਲਾਨ ਕੀਤਾ ਵੀ ਅਸੀਂ $2.5 ਲੱਖ ਦਿਆਂਗੇ, $5 ਲੱਖ ਦਿਆਂਗੇ, ਜੋ ਵੀ ਦਿਆਂਗੇ, ਜਿਹੜਾ ਕੋਈ ਝੰਡਾ ਮਤਲਬ ਕਿ ਇੰਡੀਆ ਗੇਟ ਤੇ ਚੜਾ ਦੇਗਾ, ਉੱਥੇ ਚੜਾ ਦੇਗਾ, ਇੱਥੇ ਚੜਾ ਦੇਗਾ, ਉਹ ਹਿਸਾਬ ਲਾਓ ਕਿ ਮੈਨੂੰ ਇਹ ਦੱਸੋ ਇੱਕ ਮੂਰਖ ਤੋਂ ਮੂਰਖ ਬੰਦਾ ਵੀ ਸਮਝ ਸਕਦਾ ਵੀ ਉਹ ਜਿਹੜਾ ਖੱਲੜ ਪਾਉਣ ਵਾਲਾ ਕੰਮ ਹੈ ਉਹ ਸਿੱਧਾ ਉਹਦਾ ਫਾਇਦਾ ਕਿਹਨੂੰ ਹੋ ਰਿਹਾ? ਉਹਦਾ ਫਾਇਦਾ ਮੋਦੀ ਗੌਰਮੈਂਟ ਨੂੰ ਹੋ ਰਿਹਾ, ਉਹਦਾ ਫਾਇਦਾ ਸਰਕਾਰ ਨੂੰ ਹੋ ਰਿਹਾ। ਤੋ ਇਹਦੇ ਤੋਂ ਇੱਕ ਆਮ ਬੱਚਾ ਵੀ ਸਮਝ ਸਕਦਾ ਵੀ ਉਹ ਬੰਦੇ ਕਿਤੇ ਨਾ ਕਿਤੇ ਉਹ ਜ਼ਿਆਦਾ ਉਹ ਸਰਕਾਰ ਨਾਲ ਜੁੜੇ ਹੋਏ ਨੇ, ਤਾਂ ਹੀ ਉਹ ਐਵੇਂ ਦਾ ਕੰਮ ਕਰ ਰਹੇ ਨੇ। ਤੇ ਕੌਣ ਇਸ ਟਾਈਮ ਕਿਹੜਾ ਕੋਈ ਗੁਰੂ ਦਾ ਸਿੱਖ ਹੈ ਜਾਂ ਕਿਹੜਾ ਕਿਸਾਨ ਦਾ ਪੁੱਤ ਹੈ ਜਿਹੜਾ ਇਹ ਕਵੇ ਭਾਈ ਇਸ ਟਾਈਮ ਇਹ ਮੌਕਾ ਖਾਲਿਸਤਾਨ ਦਾ ਵੱਖਵਾਦ ਦਾ ਇੱਧਰ ਉੱਧਰ ਦਾ ਕੋਈ ਨਹੀਂ ਹੈਗਾ, ਆਹ ਮੌਕਾ ਅੱਜ ਸਾਡੇ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦੇ ਨਾਲ ਖਲਾਉਣ ਦਾ, ਇਹ ਚੀਜ਼ ਬਾਅਦ ਚ ਕਰਾਂਗੇ, ਪਰ ਉਹਨਾਂ ਨੇ ਇਹ ਸਹੀ ਮੌਕੇ ਦੇ ਉੱਤੇ ਉਹਤੇ ਇੱਥੋਂ ਐਲਾਨ ਕਰਤਾ ਵੀ ਇਹਨੂੰ ਇੰਨੇ ਪੈਸੇ ਦਿਆਂਗੇ, ਜਿਹੜਾ ਇਹ ਕਰ ਦੇਗਾ ਉਹ ਕਰ ਦੇਗਾ। ਇਹ ਤੋਂ ਕੀ ਸਿੱਖਿਆ ਜਾਂਦਾ ਕਿ ਕਿਤੇ ਨਾ ਕਿਤੇ ਜਿਹੜੀ ਖਾਲਿਸਤਾਨ ਦੀ ਅਮਰੀਕਾ ਦੇ ਵਿੱਚ ਮੂਵਮੈਂਟ ਹੈ ਉਹਦੀ ਕੋਈ ਨਾ ਕੋਈ ਨੈਕਸਸ ਜਿਹੜਾ
ਹਿੰਦੁਸਤਾਨ ਦੀ ਗੌਰਮੈਂਟ ਦੇ ਨਾਲ ਹੈਗਾ ਜੇ ਨਹੀਂ ਹੈਗਾ ਤਾਂ ਸਾਨੂੰ ਸਿੱਧਿਆਂ ਕਰੋ ਫਿਰ ਜੇ ਹੈਗਾ ਜੇ ਨਹੀਂ ਹੈਗਾ ਤੇ ਉਹ ਦਿਨ ਇਹਨਾਂ ਨੂੰ ਕਿਉਂ ਚੁਣਨ ਦੀ ਲੋੜ ਸੀ ਉੱਥੇ ਐਲਾਨ ਕਿਉਂ ਕਰਨ ਦੀ ਲੋੜ ਸੀ ਉਵੇਂ ਦੇ ਲੋਕ ਜਿਹੜੇ ਨੇ ਜਿਹੜੇ ਕਿ ਸਿਕਸ ਫਾਰ ਜਸਟਿਸ ਜੇ ਅੱਜ ਅਸੀਂ ਦੇਖਦੇ ਹਾਂ ਵੀ ਉਹਨੇ ਗੌਰਮੈਂਟ ਵਾਸਤੇ ਕੀਤਾ ਤਾਂ ਮਤਲਬ ਗੌਰਮੈਂਟ ਨੂੰ ਸਿੱਧਾ ਫਾਇਦਾ ਗਿਆ ਇਹਦਾ ਮਤਲਬ ਕਿਹਦੇ ਵਾਸਤੇ ਕੀਤਾ ਇਸੇ ਤਰੀਕੇ ਨਾਲ ਹੀ ਇਹ ਜਿਹੜਾ ਇਹ ਬਹੁਤ ਲੰਬਾ ਸਿਸਟਮ ਹੈ ਬਹੁਤ ਟਾਈਮ ਤੋਂ ਜਿਹੜੀਆਂ ਸਰਕਾਰਾਂ ਨੇ ਉਹਦੀਆਂ ਏਜੰਸੀਆਂ ਦੇ ਅੰਡਰ ਕੰਮ ਕਰਦੇ ਨੇ ਉਹਨਾਂ ਦੇ ਮਖੋਟੇ ਕਈ ਪਾਏ ਹੁੰਦੇ ਨੇ ਪਰ ਮੇਰੀ ਹੱਥ ਜੋੜ ਕੇ ਇਹ ਬੇਨਤੀ ਹੈ ਇਸ ਟਾਈਮ ਭਾਵੇਂ ਕੋਈ ਆਪਣਾ ਜਿੰਨੇ ਵੀ ਆਪਣਾ ਸਿੱਖ ਡਾਇਸਪੋਰਾ ਬਾਹਰ ਬੈਠਾ ਖਾਸ ਕਰਕੇ ਕਿਤੇ ਵੀ ਕੋਈ ਵੀ ਕਿੰਤੂ ਪਰੰਤੂ ਨਾ ਕਰੇ ਵੀ ਕਿੰਨੇ ਝੰਡਾ ਚੜਾਇਆ ਕਿੰਨੇ ਨਹੀਂ ਚੜਾਇਆ ਇਹ ਉੱਤੇ ਕੋਈ ਗੱਲਬਾਤ ਨਾ ਕਰਕੇ ਸਾਰੇ ਜਿਹੜੇ ਸਿੱਖ ਨੇ ਇਕੱਠੇ ਹੋ ਕੇ ਅੱਜ ਉਹਨਾਂ ਦੀ ਸਪੋਰਟ ਕਰਨ ਇਸ ਪ੍ਰੋਟੈਸਟ ਨੂੰ ਰੈਵੋਲੂਸ਼ਨ ਬਣਾਉਣ ਬਾਕੀ ਜਿਹੜਾ ਜਿੱਤੇ ਵੀ ਕੋਈ ਖਾਲਿਸਤਾਨ ਦਾ ਝੰਡਾ ਲਾ ਰਿਹਾ ਭਾਵੇਂ ਉੱਥੇ ਲਾਤਾ ਇੱਥੇ ਲਾਤਾ ਕਿਤੇ ਵੀ ਲਾਤਾ ਆਪਾਂ ਉਹਦੀ ਗੱਲ ਨਹੀਂ ਕਰਨੀ ਚਾਹੀਦੀ ਆਪਣਾ ਮਕਸਦ ਇਹ ਹੈਗਾ ਕਿ ਆਪਾਂ ਇਸ ਟਾਈਮ ਉੱਥੇ ਜ਼ਿਮੀਂਦਾਰਾਂ ਦੀ ਸਪੋਰਟ ਕਰੀਏ ਜਿਹੜਾ ਆਪਣਾ ਉੱਥੇ ਭਾਈਚਾਰਾ ਉਹਦੀ ਸਪੋਰਟ ਕਰੀਏ ਤਾਂ ਕਿ ਇਹ ਨਾ ਕੇਵਲ ਅਸੀਂ ਕਿਸਾਨੀ ਨੂੰ ਬਚਾਈਏ ਬਲਕਿ ਹਿੰਦੁਸਤਾਨ ਦਾ ਜਿਹੜਾ ਕਰੋਨੀ ਕੈਪੀਟਲਿਜ਼ਮ ਹੈ ਜਿਹੜਾ ਕਿ ਕਾਰਪੋਰੇਟ ਘਰਾਣਿਆਂ ਦੇ ਹੱਥ 'ਚ ਮੋਦੀ ਵੇਚ ਰਿਹਾ ਚਾਹ ਵੇਚਦਾ ਵੇਚਦਾ ਸਾਰਾ ਦੇਸ਼ ਵੇਚ ਚੱਲਿਆ ਔਰ ਇੱਕ ਸਿੱਖ ਕੌਮ ਹੀ ਹੈ ਉਹਨੇ ਹੀ ਹਮੇਸ਼ਾ ਜ਼ਾਲਮ ਦੇ ਨਾਲ ਟੱਕਰ ਲਈ ਹੈ ਔਰ ਸਾਨੂੰ ਇਹ ਦੱਸਣਾ ਚਾਹੀਦਾ ਸਾਰੀ ਕਮਿਊਨਿਟੀ ਨੂੰ ਵੀ ਔਰ ਮੋਦੀ ਗੌਰਮੈਂਟ ਨੂੰ ਵੀ ਦੱਸਣਾ ਚਾਹੀਦਾ ਵੀ ਇਹ ਸਿੱਖ ਉਹ ਨੇ ਜਿਹਨਾਂ ਨੇ ਮਸੇ ਰੰਗੜ ਦਾ ਸਿਰ ਲਾਇਆ ਸੀ ਇਹ ਉਹ ਨੇ ਜਿਹਨਾਂ ਨੇ ਇੰਦਰਾ ਗਾਂਧੀ ਦਾ ਘਾਟਾ ਲਾਇਆ ਸੀ ਇਹ ਉਹ ਨੇ ਜਿਹਨਾਂ ਨੇ ਜਨਰਲ ਡਾਇਰ ਨੂੰ ਖਤਮ ਕੀਤਾ ਸੀ ਇਹ ਉਹ ਸਿੱਖ ਨੇ ਜਿਹੜੇ ਬਸ ਭਲੇ ਮਾਨਸੀ ਦੇ ਨਾਲ ਚੱਲ ਰਹੇ ਨੇ ਚੂਕਾਰ ਅਜਮਾ ਹਿਲਤੇ ਦਰ ਗੁਜਾਸ ਫਲਾਲ ਅਸਤ ਬੁਰਦਨ ਮਾਸ਼ਮ ਸ਼ੀਰ ਦਸਤ ਮੈਂ ਇੱਕ ਗੱਲ ਦੇ ਬੜੇ ਦਾਅਵੇ ਨਾਲ ਕਹਿਣਾ ਵਾ ਜੇਕਰ ਹਿੰਦੁਸਤਾਨ ਦੀ ਗੌਰਮੈਂਟ ਮੇਰੇ ਜਿਹੜੇ ਕਿਸਾਨ ਵੀਰ ਨੇ ਪਿਆਰ ਨਾਲ ਨਾ ਮੰਨੀ ਤਾਂ ਹਿੰਦੁਸਤਾਨ ਦੀ ਗੌਰਮੈਂਟ ਨੂੰ ਇਹ ਪਤਾ ਹੈਗਾ ਕਿ ਇਹ ਉਹ ਸਿੱਖ ਕੌਮ ਹੈ ਜਿਹਦੇ ਅੱਗੇ ਜਿਹੜਾ ਗੰਡਾਸਾ ਉਹਦੇ ਅੱਗੇ ਜ਼ੁਲਮ ਜਿਹੜਾ ਕਰੇਗਾ ਜਿਹੜਾ ਜ਼ੁਲਮ ਦੇ ਅੱਗੇ ਹੋਏਗਾ ਉਹ ਜ਼ਾਲਮ ਨੂੰ ਖਤਮ ਕੀਤਾ ਜਾਏਗਾ ਔਰ ਉਹ ਜ਼ਾਲਮ ਨੂੰ ਉਹ ਜ਼ਾਲਮ ਜਿਹੜਾ ਸਰਕਾਰ ਹੈ ਭਾਵੇਂ ਉਹ ਕੋਈ ਵੀ ਚੀਜ਼ ਹੈ ਇਸ ਕਰਕੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਭਾਈ ਕੋਈ ਐਸਾ ਕੰਮ ਨਾ ਕਰੋ ਤਾਂ ਕਿ ਹਿੰਦੁਸਤਾਨ ਦੇ ਟੋਟੇ ਟੋਟੇ ਹੋਣ ਤਾਂ ਕਿ ਕੋਈ ਕੋਈ ਜ਼ਿਆਦਾ ਖਲਾਰਾ ਪਵੇ ਕਿਉਂਕਿ ਉੱਥੇ ਦਾ ਇਸ ਟਾਈਮ ਕਿਸਾਨ ਬੜਾ ਗਰੀਬ ਹੈ ਉੱਥੋਂ ਦਾ ਕਿਸਾਨ ਬੜਾ ਮਜਬੂਰ ਹੈ ਔਰ ਉਹਨਾਂ ਦੇ ਉੱਤੇ ਇੰਨੇ ਜ਼ਿਆਦਾ ਕਰਜ਼ੇ ਨੇ ਉਸ ਤੋਂ ਇਲਾਵਾ ਉਹਨਾਂ ਦੀਆਂ ਜਿਹੜੀਆਂ ਅੱਜ ਜਿਹੜੀ ਇਹ ਹਾਲਤ ਇੰਨੀ ਮਾੜੀ ਹੈ ਕਿ ਉਹ ਜਿਹੜੇ ਨੇ ਸੁਸਾਈਡ ਕਰਨ ਨੂੰ ਮਜਬੂਰ ਨੇ ਤੋ ਇਹ ਇਹ ਮੈਂ ਤੇ ਕਹਾਂਗਾ ਕਿ ਸਿੱਖ ਕੌਮ ਨੂੰ ਚੈਲੰਜ ਨਾ ਕਰੇ ਸਰਕਾਰ ਸਿੱਖ ਕੌਮ ਦੀ ਇਹਦੀ ਸਿੱਖੀ ਵਰਸਿਜ਼ ਹਿੰਦੂ ਨਾ ਬਣਾਵੇ ਇਹਨੂੰ ਸਟੇਟ ਵਰਸਿਸ ਵੱਖਵਾਦ ਦਾ ਨਾਂ ਨਾ ਦੇਵੇ ਇਹ ਸਿੱਖ ਨੇ ਭਲੇ ਮਾਨਸ ਜ਼ਿਮੀਂਦਾਰ ਨੇ ਉੱਥੇ ਪਿਆਰ ਦੇ ਨਾਲ ਰਹਿਣਾ ਚਾਹੁੰਦੇ ਨੇ ਜਿਹੜੀ ਵੀ ਤੁਸੀਂ ਲੜਾਈ ਲੜਨੀ ਹੈ ਭਾਵੇਂ ਵਿੱਚ ਵੜ ਕੇ ਲੜੋ ਜਿਹਨਾਂ ਨਾਲ ਲੜੋ ਜਿਹੜੇ ਜਿਹੜੇ ਵੀ ਉਹਨੂੰ ਲੜਕਾਰਦੇ ਨੇ ਉਹਨਾਂ ਨਾਲ ਲੜੇ ਇਹਨਾਂ ਦੇ ਵਿਚਾਰਿਆਂ ਨੂੰ ਇਹਨਾਂ ਨੂੰ ਦੇਵੇ ਤਾਂ ਕਿ ਪਾਸੇ ਹੋਏ ਦੂਸਰੀ ਇੱਕ ਹੋਰ ਵੀ ਹੈਗੀ ਹੈ ਕਿ ਜੇ ਅੱਜ ਇਹ ਪ੍ਰੋਟੈਸਟ ਨੂੰ ਪੀਸਫੁਲੀ ਜੇ ਮੋਦੀ ਗੌਰਮੈਂਟ ਉਹਨੂੰ ਯੈਸ ਕਰ ਦਿੰਦੀ ਹੈ ਉਹਦੇ ਨਾਲ ਉਹਦਾ ਕੱਦ ਹੋਰ ਵਧੇਗਾ ਉਹਦੇ ਨਾਲ ਸਗੋਂ ਹੋਰ ਆਉਣ ਵਾਲੇ ਟਾਈਮਾਂ 'ਚ ਅੱਗੇ ਵੀ ਦੁਬਾਰਾ ਉਹਦੀ ਗੌਰਮੈਂਟ ਆ ਸਕਦੀ ਹੈ ਜੇ ਉਹ ਨਹੀਂ ਹੁੰਦੀ ਤੇ ਲੋਕੀ ਐਪ ਚੱਕ ਕੇ ਬਾਹਰ ਮਾਰਨਗੇ ਜਿਵੇਂ ਆਈ ਤੇ ਟਰੰਪ ਨੂੰ ਇੰਡੀਆ ਅਮਰੀਕਾ 'ਚ ਮਾਰਿਆ ਉੱਥੇ ਇਹਦਾ ਇਹਦਾ ਯੂਥ ਹੈ ਉਹ ਤਾਂ ਦੇਖ ਰਿਹਾ ਹਰ ਟਾਈਮ ਦੇਖ ਰਿਹਾ ਤੋ ਮੇਰੀ ਤਾਂ ਹੱਥ ਜੋੜ ਕੇ ਇਹੀ ਬੇਨਤੀ ਹੈ ਸੱਚ ਕਿਤੇ ਵੀ ਜੇ ਕੋਈ ਖਾਲਿਸਤਾਨ ਦਾ ਕੋਈ ਝੰਡਾ ਚੱਕ ਵੀ ਲੈਂਦਾ ਉਹਨੂੰ ਇਗਨੋਰ ਕਰੋ ਯਾਰ ਉਹ ਕੋਈ ਗੱਲ ਨਹੀਂ ਜਿਹੜੇ ਬੰਦਿਆਂ ਦੇ ਜਿਹਨਾਂ ਦਾ ਮਾਂ ਗੁਜਰੀ ਜਿਹਨਾਂ ਦਾ ਪਿਓ ਵੱਢਿਆ ਗਿਆ ਉੱਥੇ ਜਿਹਦਾ ਕੋਈ ਬੱਚਾ ਮਰਿਆ ਉਹ ਉਹ ਤਾਂ ਆਪਣੇ ਝੰਡੇ ਚੱਕਣ ਗਈ ਉਹਨਾਂ ਨੂੰ ਇਗਨੋਰ ਕਰੋ ਤਾਂ ਕਿ ਆਪਾਂ ਮਿਲ ਜੁਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਏਦਾਂ ਕਾਰਵਾਈ ਕਰ ਸਕੀਏ ਬਹੁਤ ਧੰਨਵਾਦ ਜੀ ਤੁਸੀਂ ਕੁਐਸਚਨ ਪੁੱਛਿਆ ਖਾਲਸਾ ਜੀ ਨੂੰ ਖਾਲਸਾ ਜੀ ਤੁਹਾਡਾ ਵੀ ਬਹੁਤ ਸ਼ੁਕਰੀਆ ਜਿਹੜਾ ਤੁਸੀਂ ਇੰਨਾ ਚਾਨਣ ਪਾਇਆ ਲੇਕਿਨ ਕੁਛ ਗੱਲਾਂ ਦੇ ਨਾਲ ਤੁਹਾਡੀਆਂ ਦੇ ਨਾਲ ਮੈਂ ਐਗਰੀ ਨਹੀਂ ਹੈਗਾ ਲੇਕਿਨ ਮੇਰੇ ਐਗਰੀ ਨਾ ਐਗਰੀ ਹੋਣਾ ਮੈਨੂੰ ਲੱਗਦਾ ਬਾਲਾ ਵੱਡਾ ਫਰਕ ਨਹੀਂ ਪੈਂਦਾ ਪਰ ਜਿਹੜਾ ਸਮਾਂ ਆ ਉਹ ਪਤਾ ਨਹੀਂ ਲੱਗਦਾ ਕਦੋਂ ਜਲਦੀ ਦੇਣੀ ਨਿਕਲ ਜਾਂਦਾ ਸਮਾਂ ਬੜੀ ਜਲਦੀ ਬੀਤ ਗਿਆ ਤੇ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ ਵਾਪਸ ਆ ਕੇ ਖਾਲਸਾ ਜੀ ਇੱਕ ਦੋ ਗੱਲਾਂ ਕਰਾਂਗੇ ਜਿਹਨਾਂ ਗੱਲਾਂ ਦੇ ਨਾਲ ਮੈਂ ਤੁਹਾਡੀਆਂ ਗੱਲਾਂ ਸੁਣ ਕੇ ਉਹਨਾਂ ਦੇ ਵਿੱਚੋਂ ਕੁਛ ਸਵਾਲ ਨੇ ਜਿਹੜੇ ਆਪਾਂ ਜ਼ਰੂਰ ਕਰਾਂਗੇ ਕਿ ਜਿਹੜੇ ਸਾਡੇ ਗੁਰੂ ਵੀ ਇਹ ਗੱਲ ਕਹੇ ਗਏ ਇੰਨੇ ਸੌ ਸਾਲ ਪਹਿਲੋਂ ਆਪਾਂ ਉਹਨਾਂ ਤੇ ਕਿਉਂ ਬਿਲੀਵ ਨਹੀਂ ਕਰਦੇ ਦਿਓ ਇੱਕ ਛੋਟੀ ਜਿਹੀ ਬ੍ਰੇਕ ਵਿਹੜਾ ਹੋ ਗਿਆ ਬ੍ਰੇਕ ਤੋਂ ਬਾਅਦ ਆ ਕੇ ਫਿਰ ਇਹੀ ਸਿਲਸਿਲਾ ਗੱਲ ਜਾਰੀ ਰਹੂਗੀ ਮੈਂ ਜਿਵੇਂ ਬਰਾੜ ਫਿਰ ਹਾਜ਼ਰ ਹਾਂ ਇੱਕ ਬ੍ਰੇਕ ਤੋਂ ਬਾਅਦ ਸਿਲਸਿਲਾ ਆਪਣਾ ਉਹੀ ਹੈ ਗੱਲਬਾਤ ਉਹੀ ਹੈ ਕਿਉਂਕਿ ਕੁਛ ਗੱਲਾਂ ਨਾਲ ਮੈਂ ਐਗਰੀ ਸੀ ਖਾਲਸਾ ਜੀ ਦੇ ਨਾਲ ਖਾਲਸਾ ਜੀ ਸਾਡੇ ਨਾਲ ਜੁੜੇ ਹੋਏ ਨੇ ਕੁਛ ਗੱਲਾਂ ਦੇ ਨਾਲ ਨਹੀਂ ਐਗਰੀ ਸੀ
ਆਪਾਂ ਉੱਥੇ ਹੀ ਫਿਰ ਵਾਪਸ ਆਉਂਦੇ ਹਾਂ ਕਿ ਕਈ ਚੀਜ਼ਾਂ ਜਿਹੜੀਆਂ ਮੈਨੂੰ ਇਸ ਕੰਟਰੀ ਰਹਿੰਦੇ ਨੂੰ ਆਲਮੋਸਟ 35 ਸਾਲ ਹੋ ਚੱਲੇ ਨੇ, ਕਈ ਚੀਜ਼ਾਂ ਆਪਣੇ ਆਪ ਵੀ ਸਮਝ ਆਈਆਂ, ਕਈ ਗੱਲਾਂ ਚੋਂ ਸੁਣ ਕੇ ਵੀ ਸਮਝ ਆਈਆਂ, ਕਈ ਸੱਜਣਾਂ ਨੂੰ ਮਿਲੇ। ਲੇਕਿਨ ਮੈਂ ਖਾਲਸਾ ਜੀ ਨੂੰ ਕੁਐਸਚਨ ਜ਼ਰੂਰ ਪੁੱਛੂੰਗਾ ਕਿ ਖਾਲਸਾ ਜੀ ਆਪਣੇ ਸਭ ਤੋਂ ਮੁੱਢਲੇ ਗੁਰੂ ਬਾਬਾ ਨਾਨਕ ਜੀ ਅੱਜ ਤੋਂ 550 ਸਾਲ ਪਹਿਲੋਂ ਇੱਕ ਗੱਲ ਸਿਖਾ ਕੇ ਗਏ ਸੀ ਉਹੀ ਪੰਡਤਾਂ ਨੂੰ ਕਿ ਉਹ ਕਹਿੰਦੇ ਸੀ ਪਾਣੀ ਸਾਡਾ ਸੂਰਜ 'ਤੇ ਪਹੁੰਚ ਜੂ ਅਤੇ ਬਾਬਾ ਜੀ ਕਹਿੰਦੇ ਮੇਰੇ ਖੱਤਾਂ 'ਚ ਪਹੁੰਚ ਜੂ, ਉਹ ਕਹਿੰਦੇ ਇੱਦਾਂ ਹੋ ਨਹੀਂ ਸਕਦੀ, ਉਹ ਕਹਿੰਦੇ ਫਿਰ ਇੱਦਾਂ ਵੀ ਨਹੀਂ ਹੋ ਸਕਦੀ। ਹੁਣ ਜਿਹੜਾ ਬੈਠੇ ਆਪਾਂ ਅਮਰੀਕਾ ਦੇ ਵਿੱਚ ਹਾਂ, ਬੜੀ ਵੱਡੀ ਤਾਦਾਦ ਦੇ ਵਿੱਚ, ਮੈਂ ਕੈਲੀਫੋਰਨੀਆ ਵੀ ਜਾਂਦਾ, ਟੋਰਾਂਟੋ ਵੀ ਗਿਆ ਹੋਇਆ, ਨਿਊਯਾਰਕ ਗਿਆ, ਸਾਡਾ ਉੱਥੇ ਖਾਲਿਸਤਾਨ ਦੇ ਨਾਅਰੇ ਲਾਉਣੇ ਜਾਂ ਕਿਸੇ ਗੋਰੇ ਨੂੰ ਸਮਝਾ ਵੀ ਨਹੀਂ ਸਕੇ ਵੀ ਖਾਲਿਸਤਾਨ ਹੈ ਕੀ, ਜੇ ਜ਼ਮੀਨ ਬਚੂਗੀ ਤਾਂ ਖਾਲਿਸਤਾਨ ਲਵਾਂਗੇ। ਕੀ ਤੁਸੀਂ ਕਿੱਦਾਂ ਦੇਖਦੇ ਹੋ ਜੇ ਇੱਥੇ ਨਾਅਰੇ ਲਾਵਾਂਗੇ ਕੀ ਜਿਹੜਾ ਡੋਨਲਡ ਟਰੰਪ ਜਾਂ ਜੋ ਬਾਈਡਨ ਤੁਹਾਨੂੰ ਇੱਥੇ ਖਾਲਿਸਤਾਨ ਦੇ ਦੂ, ਕੀ ਦੇਖਦੇ ਹੋ? ਦੇਖੋ ਖਾਲਿਸਤਾਨ ਇਹ ਚੀਜ਼ ਨੂੰ ਸਮਝਣਾ ਚਾਹੀਦਾ। ਦੇਖੋ ਜਦੋਂ ਤੁਹਾਡੇ ਉੱਤੇ ਏਡਾ ਵੱਡਾ ਤਸ਼ੱਦਦ ਹੁੰਦਾ ਹੈ, ਤੁਹਾਨੂੰ ਇੱਕ ਐਸਾ ਤੁਹਾਨੂੰ ਤੁਸੀਂ ਲੱਭਦੇ ਹੋ ਯਾਰ ਮੈਂ ਉਹ ਆਪਣਾ ਵਾਰ ਕਿਵੇਂ ਕੱਢਾਂ, ਠੀਕ ਹੈ, ਮੈਂ ਕਿਵੇਂ ਕਹਾਂਗੇ ਸਾਡੇ ਨਾਲ ਤਸ਼ੱਦਦ ਹੋਈਏ। ਉਹਦਾ ਇੱਕ ਉਹ ਫਿਰ ਕੀ ਹੁੰਦਾ, ਤੁਸੀਂ ਇੱਕ ਤੁਹਾਡਾ ਇੱਕ ਅੰਦਰ ਗੁੰਬੜ ਬਣ ਜਾਂਦਾ, ਉਹ ਤੁਸੀਂ ਲੱਭਦੇ ਹੋ ਯਾਰ ਮੇਰੇ ਆਂਗਰਾਂ ਕੌਣ ਸੋਚਦਾ ਪਿਆ, ਮੇਰੇ ਨਾਲ ਕੌਣ ਸੋਚਦਾ ਪਿਆ ਏਦਾਂ। ਦੇਖੋ ਜੋ ਤਸ਼ੱਦਦ ਹੋਇਆ ਉਹ ਨਹੀਂ ਭੁੱਲ ਸਕਦਾ, 84 ਨੂੰ ਕੋਈ ਨਹੀਂ ਭੁੱਲ ਸਕਦਾ, ਇਹ ਸਾਰੇ ਉਹਦੇ ਵਿੱਚ ਹੀ ਆ, ਭਾਵੇਂ ਕੋਈ ਜੋ ਮਰਜ਼ੀ ਕਵੇ। ਲੇਕਿਨ ਉਹ ਇੱਕ ਐਸਾ ਉਭਾਰ ਹੈ, ਉਹਨੂੰ ਸਾਨੂੰ ਇੱਕ ਸਪੇਸ ਚਾਹੀਦਾ ਹੁੰਦਾ ਹੈ ਜਿਹਦੇ ਉੱਤੇ ਅਸੀਂ ਆਪਣੀ ਇੱਕ ਇੱਕ ਗੱਲਬਾਤ ਰੱਖ ਸਕੀਏ, ਇੱਕ ਗੱਲ ਕਰ ਸਕੀਏ, ਇੱਕ ਇੱਕ ਤੁਹਾਨੂੰ ਇੱਕ ਆਸ ਬੱਝ ਸਕੇ, ਠੀਕ ਹੈ ਨਾ। ਕੋਈ ਵੀ ਜਿਹੜੀ ਐਵੇਂ ਦੇ ਰੈਵੋਲੂਸ਼ਨ ਹੁੰਦੇ ਨੇ ਜਾਂ ਕੋਈ ਵੀ ਜੇ ਐਸੀ ਆਈਡੀਓਲੋਜੀ ਹੁੰਦੀ ਹੈ, ਉਹਦੇ ਉੱਤੇ ਤੁਹਾਨੂੰ ਇੱਕ ਜੋ ਤੁਸੀਂ ਲੱਭਦੇ ਹੁੰਦੇ ਹੋ ਕੋਈ ਦੂਰੋਂ ਕਿਤੋਂ ਤੁਹਾਨੂੰ ਉਹਦਾ ਚਾਨਣ ਲੱਭਣ ਲੱਗ ਪੈਂਦਾ, ਤੁਸੀਂ ਉਹਦੇ ਨਾਲ ਖਿੱਚ ਕਰਨ ਲੱਗ ਪੈਂਦੇ ਹੋ, ਇਹ ਗੱਲ ਹੈ। ਮੈਂ ਨਹੀਂ ਕਹਿੰਦਾ ਵੀ ਜੋ ਕੋਈ ਬੰਦਾ ਖਾਲਿਸਤਾਨ ਮੰਗ ਰਿਹਾ ਉਹ ਮੰਗੇ ਜਾਂ ਨਾ ਮੰਗੇ, ਉਹਦਾ ਆਪਣਾ ਆਪਣਾ ਉਹਦਾ ਵਿਅਕਤੀਗਤ ਤਰੀਕੇ ਦੇ ਨਾਲ ਜਾਂ ਉਹਨਾਂ ਦਾ ਆਪਣਾ ਆਪਣਾ ਉਹਨਾਂ ਦਾ ਉਹ ਹੈਗਾ, ਉਹਨਾਂ ਦੀ ਆਪਣੀ ਸੋਚ ਹੈ। ਮੈਂ ਗੱਲ ਮੇਰੀ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇੱਕ ਚੀਜ਼ ਬਹੁਤ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੇ ਖਾਲਿਸਤਾਨ ਨੂੰ ਚਾਹ ਰਹੇ ਨੇ ਜਾਂ ਉਹਦੇ ਸਪੋਰਟ ਕਰਦੇ ਨੇ ਜਾਂ ਉਹਦੇ ਵਾਸਤੇ ਸੋਫਟ ਕੋਰਨਰ ਰੱਖਦੇ ਨੇ, ਉਹਨਾਂ ਅੱਗੇ ਇੱਕ ਬੇਨਤੀ ਹੈ ਕਿ ਜਿਹੜੇ ਕੋਈ ਖਾਲਿਸਤਾਨ ਦੇ ਹਿਮਾਇਤੀ ਨਹੀਂ ਜਾਂ ਖਾਲਿਸਤਾਨ ਨਹੀਂ ਚਾਹੁੰਦੇ, ਉਹਨਾਂ ਨੂੰ ਘ੍ਰਿਣਾ ਨਾ ਕਰੋ, ਉਹਨਾਂ ਨੂੰ ਇਹ ਉਹਨਾਂ ਨੂੰ ਗਦਾਰ ਨਾ ਕਹੋ, ਉਹਨਾਂ ਨੂੰ ਮਾੜੇ ਨਾ ਕਹੋ। ਇਹ ਜਿਹੜਾ ਬੰਦਾ ਖਾਲਿਸਤਾਨ ਦਾ ਨਾਰਾ ਨਹੀਂ ਲਾਉਂਦਾ ਜਾਂ ਉਹਦੀ ਸਪੋਰਟ ਨਹੀਂ ਕਰਦਾ ਜਾਂ ਉਹਦੇ ਹੱਕ 'ਚ ਨਹੀਂ ਬੋਲਦਾ, ਉਹਨੂੰ ਉਹਨਾਂ ਸਿੱਖਾਂ ਨੂੰ ਗਦਾਰ ਜਾਂ ਮਾੜਾ ਕਹਿਣ ਦੀ ਕੋਈ ਲੋੜ ਨਹੀਂ। ਗੁਰੂ ਸਾਹਿਬ ਨੇ ਕੋਈ ਨਹੀਂ ਸਿਖਾਇਆ ਕਿ ਤੁਸੀਂ ਕਿਸੇ ਦੂਜੇ ਬੰਦੇ ਨੂੰ ਮਾੜਾ ਕਹੋ, ਤੁਹਾਡੀ ਆਪਣੀ ਸੋਚ ਹੈ। ਅਮਰੀਕਾ ਇੱਕ ਆਜ਼ਾਦ ਮੁਲਕ ਹੈ, ਇੱਥੇ ਭਾਵੇਂ ਕੋਈ ਖਾਲਿਸਤਾਨ ਕਹੇ, ਅਫਗਾਨਿਸਤਾਨ ਕਹੇ, ਠੀਕ ਹੈ। ਦੂਸਰੀ ਮੇਰੀ ਇਹ ਗੱਲ ਹੈ ਕਿ ਇਸੇ ਤਰ੍ਹਾਂ ਹੀ ਇਸ ਟਾਈਮ ਜਿਹੜਾ ਲੱਖਾ ਸਿਧਾਣਾ ਜਾਂ ਦੀਪ ਸਿੱਧੂ ਹੈ, ਉਹਨੂੰ ਜੇ ਉਹਨਾਂ ਦਾ ਮਕਸਦ ਗੌਰਮੈਂਟ ਦਾ ਸੀਗਾ ਵੀ ਇਹ ਦੋਨੋਂ ਲੜ ਪੈਣ ਔਰ ਆਪਸ ਇੱਕ ਦੂਜੇ ਦੀ ਸੂਏ ਸੂਏ ਕਰਨ, ਉਹ ਅਸੀਂ ਕਰਦੇ ਪਏ ਹਾਂ, ਉਹਦੇ ਤੋਂ ਗਰੇਜ ਆਓ। ਮੇਰੀ ਇਹੀ ਹੱਥ ਜੋੜ ਕੇ ਬੇਨਤੀ ਹੈ ਤੇ ਆਪਾਂ ਉੱਥੇ ਜਿਹੜਾ ਰੈਵੋਲੂਸ਼ਨ ਨੂੰ ਰੋਕੇ ਚਲਾਈਏ। ਜੀ ਜੀ ਖਾਲਸਾ ਜੀ, ਆਪਣੇ ਨਾਲ ਇੱਕ ਕਾਲਰ ਗੱਲ ਕਰਨੀ ਚਾਹੁੰਦੇ ਨੇ ਤੇ ਮੈਂ ਜ਼ਰੂਰ ਉਹਨੂੰ ਵਿੱਚ ਪਾਉਂਗਾ, ਜਿਹੜਾ ਇਹ ਚੋਸਟ ਹੈ ਨਾ ਤੇ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਨੇ ਤੇ ਆਪਾਂ ਉਹਨੂੰ ਪਾਉਣੇ ਵਿੱਚ। ਜਿਮੀ ਬਰਾੜ ਜੀ, ਭਾਜੀ ਤੁਹਾਡਾ ਕੀ ਨਾਮ ਹੈ? ਤੁਸੀਂ ਬਰਾੜ ਸਾਹਿਬ, ਮੈਂ ਸ਼ਮਸ਼ੀਰ ਰੰਧਾਵਾ ਬੋਲਦਾ ਮਲਵਾਕੀ ਤੋਂ। ਸਤਿ ਸ੍ਰੀ ਅਕਾਲ ਸ਼ਮਸ਼ੀਰ ਸਿੰਘ ਜੀ, ਤੁਸੀਂ ਔਨ 에ਅਰ ਹੋ ਤੇ ਖਾਲਸਾ ਜੀ। ਹਾਂ ਜੀ ਭਾਜੀ, ਮੈਂ ਖਾਲਸਾ ਸਾਹਿਬ ਨੂੰ ਇੱਕ ਪੁੱਛਣੀ ਗੱਲ। ਜ਼ਰੂਰ ਜ਼ਰੂਰ ਜੀ। ਕਿ ਜਿਹੜੇ 3 ਅੱਖਰ ਚੱਕ ਕੇ ਇਹਨਾਂ ਨੇ ਆਰਐਸਐਸ ਦੇ ਰਾਸ਼ਟਰੀ ਸਿੱਖ ਸੰਗਤ ਬਣਾਈ ਸੀ, ਉਹਦੇ ਬਾਰੇ ਇਹਨਾਂ ਦਾ ਕੀ ਵਿਚਾਰ ਆ? ਥੈਂਕ ਯੂ ਭਾਜੀ। ਜਿਹੜੀ ਦੇਖੋ ਉਹਨਾਂ ਨੇ ਉਹਨਾਂ ਦਾ ਮਕਸਦ ਹੈ, ਆਰਐਸਐਸ ਦਾ ਸਿੱਧਾ ਮਕਸਦ ਹੈ ਕਿ ਉਹ ਤੁਹਾਨੂੰ ਗੁਰੂ ਨਾਲੋਂ ਤੋੜ ਰਹੇ ਨੇ, ਉਹ ਤੁਹਾਨੂੰ ਐਸਜੀਪੀਸੀ ਦੇ ਨਾਲੋਂ ਤੋੜ ਕੇ ਤੁਹਾਨੂੰ ਆਪਣੀਆਂ ਸੰਸਥਾਵਾਂ ਨਾਲ ਜੋੜਨਾ ਚਾਹੁੰਦੇ ਨੇ। ਉਹਦਾ ਕੁਛ ਵੀ ਉਹ ਕਰ ਸਕਦੇ ਨੇ, ਉਹ 4-5-10 ਸਿੱਖ ਫੜ ਕੇ ਉਹਦਾ ਆਰਐਸਐਸ ਸਿੱਖ ਸੰਗਤ ਬਣਾ ਦੇਣ, ਕੁਛ ਬਣਾ ਦੇਣ। ਦੇਖੋ ਮਕਸਦ ਆਰਐਸਐਸ ਦਾ ਜਿਹੜਾ ਮਕਸਦ ਹੈ ਬਹੁਤ ਡੂੰਘਾ ਮਕਸਦ ਹੈ, ਉਹ ਤੁਹਾਨੂੰ ਸਿੱਖੀ ਨਾਲੋਂ ਤੋੜਨਾ ਚਾਹੁੰਦੇ ਨੇ। ਉਹ ਚਾਹ ਰਹੇ ਨੇ ਵੀ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਅਕਾਲ ਤਖ਼ਤ ਨਾਲੋਂ, ਐਸਜੀਪੀਸੀ ਦੇ ਨਾਲੋਂ ਜਾਂ ਜੋ ਵੀ ਇਹਨਾਂ ਦੀ ਹੋਂਦ ਹੈ ਗੁਰੂ ਗ੍ਰੰਥ ਸਾਹਿਬ ਨੂੰ ਤੋੜ ਕੇ ਇਹਨਾਂ ਨੂੰ ਅਸੀਂ ਹਿੰਦੂ ਘੋਸ਼ਿਤ ਕਰੀਏ, ਕਿਉਂਕਿ ਉਹ ਆਰਐਸਐਸ ਸਿੱਧੀ ਕਹਿੰਦੀ, ਕਹਿੰਦੇ ਵੀ ਜਿਹੜੇ ਜੈਨੀ ਨੇ, ਬੋਧੀ ਨੇ, ਸਿੱਖ ਨੇ, ਸਾਰੇ ਹਿੰਦੂ ਨੇ। ਔਰ
ਇਹ ਸੋਚਦੇ ਨੇ ਕਿ ਜਿਹੜੇ ਜਿਹੜੀ ਕ੍ਰਿਸਚੀਅਨਿਟੀ ਤੇ ਇਸਲਾਮ ਹੈ ਉਹ ਤਾਂ ਇੱਕ ਇੰਪੀਰੀਅਲਿਸਟਿਕ ਫੋਰਸਿਸ ਨੇ ਔਰ ਉਹਨਾਂ ਨੂੰ ਕਿਸੇ ਤਰੀਕੇ ਨਾਲ ਖਤਮ ਕਰਨਾ ਇਹ ਇਹ ਆਰਐਸਐਸ ਦਾ ਇਹ ਸੋਚ ਹੈ ਵੀ ਇਸਲਾਮ ਤੇ ਜਿਹੜੀ ਕ੍ਰਿਸਚੀਅਨਿਟੀ ਹੈ ਔਰ ਧਰਮ ਕੋਨੀ ਉਹ ਤਾਂ ਇੰਪੀਰੀਅਲਿਸਟਿਕ ਫੋਰਸਿਸ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਉੱਤੇ ਜਬਰਨ ਰਾਜ ਕੀਤਾ ਤੇ ਇਹਨਾਂ ਨੂੰ ਜਬਰਨ ਇਹਨਾਂ ਨੂੰ ਕਨਵਰਟ ਕੀਤਾ ਇਸ ਕਰਕੇ ਉਹਨਾਂ ਨੂੰ ਤਾਂ ਉਹਨਾਂ ਦੇ ਉਹਨਾਂ ਨੂੰ ਉਹ ਨਾਲ ਨਹੀਂ ਲਾਉਣਾ ਚਾਹੁੰਦੇ ਉਹਨਾਂ ਦਾ ਕਹਿੰਦੇ ਨੇ ਕਿ ਉਹ ਦੁਆਰਾ ਹਿੰਦੂ ਬਣਨ ਕਿਉਂਕਿ ਘਰ ਵਾਪਸੀ ਕਰਨ ਰਹੀ ਗੱਲ ਸਿੱਖਾਂ ਦੀ ਸਿੱਖਾਂ ਤੇ ਉਹ ਕਹਿੰਦੇ ਵੀ ਤੁਸੀਂ ਕੇਸਾਧਾਰੀ ਹਿੰਦੂ ਹੋ ਤੁਸੀਂ ਸਿੱਖ ਹੀ ਨਹੀਂ ਮਤਲਬ ਸਿੱਖ ਅਲੱਗ ਕੌਮ ਨਹੀਂ ਹੈਗੀ ਸਿੱਖ ਤਾਂ ਇੱਕ ਹਿੰਦੂਆਂ ਦਾ ਇੱਕ ਸੈਕਟ ਹੈ ਇਹ ਉਹਨਾਂ ਦੀ ਫਿਲੋਸਫੀ ਹੈ ਉਹ ਅੱਜ ਵੀ ਏਦਾਂ ਹੀ ਹੈ ਤੇ ਅੱਜ ਤੋਂ 50 ਸਾਲ ਵੀ ਏਦਾਂ ਸੀ ਭਾਵੇਂ ਉਹਨੂੰ ਕੋਈ ਜਿਵੇਂ ਮਰਜ਼ੀ ਇੰਟਰਪ੍ਰੈਟ ਕਰੇ ਜਿਵੇਂ ਮਰਜ਼ੀ ਸਮਝੇ ਜਾਂ ਕੋਈ ਕਈ ਜਿਹੜੇ ਨੇ ਆਰਐਸਐਸ ਲਈ ਕੋਈ ਪਿਆਰ ਜਿੱਥੇ ਕਿਤੇ 4 ਸਿੱਖ ਬੈਠੇ ਹੁੰਦੇ ਨੇ ਉੱਥੇ ਉਹਨਾਂ ਨੂੰ ਸਿੱਖਾਂ ਨੂੰ ਥੋੜਾ ਜਿਹਾ ਉਸ ਤਰੀਕੇ ਨਾਲ ਡੱਬੇ 'ਚ ਵਧੀਆ ਜੇ ਗੁਲਦਸਤੇ 'ਚ ਪਾ ਕੇ ਪੇਸ਼ ਕਰਦੇ ਨੇ ਵੀ ਤੁਸੀਂ ਸਾਡੇ ਚੰਗੇ ਹੋ ਤੇ ਜਿੱਥੇ ਨਹੀਂ ਹੁੰਦੇ ਤੇ ਉੱਥੇ ਉਹਨਾਂ ਦੀ ਫਿਲੋਸਫੀ ਉਹਨਾਂ ਦੀ ਫਿਲੋਸਫੀ ਨੂੰ ਕੋਈ ਨਹੀਂ ਖਤਮ ਏਦਾਂ ਰੱਖ ਸਕਦਾ ਹੁਣ ਆਪਾਂ ਆਪਾਂ ਚਾਹੁੰਦੇ ਹਾਂ ਵੀ ਸਿੱਖ ਜਿਹੜਾ ਉਹ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਔਰ ਉਹਦੇ ਵਾਸਤੇ ਗੁਰੂ ਸਾਹਿਬ ਨੇ ਕਿਹਾ ਵੀ ਗੁਰੂ ਮਾਨਿਓ ਗ੍ਰੰਥ ਪ੍ਰਗਟ ਗੁਰਾਂ ਕੀਤੇ ਆਪਾਂ ਇਹ ਕੀਤਾ ਹੁਣ ਸਾਨੂੰ ਤੇ ਸਿੱਖਾਂ ਦੇ ਵਿੱਚ ਤਾਂ ਇੰਨਾ ਇਹਨਾਂ ਨੇ ਉਹਨਾਂ ਦਾ ਮਕਸਦ ਹੀ ਇਹ ਵੇ ਕਿ ਇਹਨੂੰ ਡਿਵਾਈਡ ਕਰੋ ਕਦੀ ਉਹਨਾਂ ਨੂੰ ਦਸਮ ਗ੍ਰੰਥ ਦੇ ਨਾਲ ਦੇ ਉੱਤੇ ਡਿਵਾਈਡ ਕਰ ਦਿਓ ਕਦੀ ਉਹਨੂੰ ਧਰਮ ਦੇ ਨਾਂ ਤੇ ਕਦੀ ਉਹਦੇ ਕਦੀ ਸੱਜੇ ਕਦੀ ਖੱਬੇ ਉਹਨਾਂ ਦਾ ਮਕਸਦ ਹੀ ਇਹ ਵੇ ਜਿਸ ਤਰ੍ਹਾਂ ਕਿ ਹੁਣ ਉਹਨਾਂ ਨੇ ਉੱਥੇ ਝੰਡਾ ਲਾ ਕੇ ਜਾਂ ਲਵਾ ਕੇ ਉਹਨਾਂ ਨੇ ਆਪਣਾ ਉੱਥੇ ਉਹਨਾਂ ਨੇ ਆਪਸ 'ਚ ਉਹਨਾਂ ਨੂੰ ਪਾੜ ਦਿੱਤਾ ਉਹਨਾਂ ਦਾ ਮਕਸਦ ਹੀ ਇਹ ਵੇ ਕਿ ਸਿੱਖ ਕੌਮ ਨੂੰ ਪਾੜ ਕੇ ਰੱਖੋ ਇਹ ਬੜੀ ਇਮੋਸ਼ਨਲ ਕੌਮ ਹੈ ਇਹ ਨਿਰੇ ਦੂਜਿਆਂ ਨੂੰ ਛਿੱਤਰ ਨਹੀਂ ਮਾਰਦੇ ਆਪਸ 'ਚ ਵੀ ਛਿੱਤਰੋ ਛਿੱਤਰੀ ਹੁੰਦੇ ਨੇ ਸਾਡਾ ਇਹ ਕੰਮ ਹੈਗਾ ਕਿ ਇਸ ਟਾਈਮ ਆਪਸ ਛਿੱਤਰੋ ਛਿੱਤਰੀ ਨਾ ਹੋਈਏ ਤੇ ਤਾਂ ਕਿ ਅਸੀਂ ਇੱਕ ਸੇਧ ਦਈਏ ਇੱਕ ਲੀਡਰਸ਼ਿਪ ਦਈਏ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਇੱਕ ਲੀਡਰਸ਼ਿਪ ਦੇ ਬਗੈਰ ਅੱਜ ਦੇਖ ਲਓ ਸਾਰਾ ਸਿੱਖ ਬੜਾ ਜਨੂਨੀ ਹੈ ਬੜਾ ਸਰਮਾਏਦਾਰ ਹੈ ਔਰ ਬੜਾ ਮਤਲਬ ਕਿ ਪ੍ਰੋਸਪਰਸ ਹੈ ਲੇਕਿਨ ਉਹਨੂੰ ਕੋਈ ਡਾਇਰੈਕਸ਼ਨ ਨਹੀਂ ਹੈਗੀ ਕੋਈ ਬੰਦਾ ਕਿੱਧਰ ਨੂੰ ਭੱਜ ਰਿਹਾ ਕੋਈ ਕਿੱਦਾਂ ਭਰ ਰਿਹਾ ਇਹ ਉਹਨਾਂ ਦਾ ਮਕਸਦ ਇਹ ਵੇ ਕਿ ਉਹ ਮਕਸਦ ਫੁੱਲਫਿਲ ਹੋ ਰਹੇ ਨੇ ਔਰ ਸਾਨੂੰ ਨਚਾ ਰਹੇ ਨੇ ਖਾਲਸਾ ਜੀ ਇਸ ਤਰ੍ਹਾਂ ਆਪਾਂ ਇੱਕ ਕਾਲਰ ਹੋਰ ਨੇ ਆਪਣੇ ਨਾਲ ਜੁੜੇ ਨੇ ਉਹ ਵੀ ਕੁਐਸਚਨ ਪੁੱਛਣਾ ਚਾਹੁੰਦੇ ਨੇ ਆਪਾਂ ਉਹਨਾਂ ਨਾਲ ਜੁੜਾਂਗੇ ਜੀ ਭੈਣ ਜੀ ਤੁਸੀਂ ਔਨ ਏਅਰ ਹੋ ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ ਸਤਿ ਸ੍ਰੀ ਅਕਾਲ ਜੀ ਹਾਂਜੀ ਗੁਰਿੰਦਰ ਸਿੰਘ ਖਾਲਸਾ ਇਹਨਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਸੀਂ ਮਤਲਬ ਜਾਣਦੇ ਆ ਇਹਨਾਂ ਨੂੰ ਚੰਗੀ ਤਰ੍ਹਾਂ ਤੇ ਜਿਹੜਾ ਤੁਸੀਂ ਸਵਾਲ ਕੀਤਾ ਸੀਗਾ ਖਾਲਿਸਤਾਨ ਦਾ ਹੈ ਜੀ ਤੇ ਮੈਂ ਇਸ ਹੱਕ ਦੇ ਵਿੱਚ ਨਹੀਂ ਗਏ ਕਿ ਅਸੀਂ ਪੰਜਾਬ ਦੇ ਵਿੱਚ ਹੀ ਇਕੱਲਾ ਖਾਲਸਾ ਪੰਥ ਤਿਆਰ ਕਰਨਾ ਹੈ ਜਿਹੜੇ ਸਾਡੇ ਗੁਰੂਆਂ ਨੇ ਸਿਧਾਂਤ ਦਿੱਤਾ ਹੈ ਰਾਜ ਕਰੇਗਾ ਖਾਲਸਾ ਖਾਲਸੇ ਦਾ ਮਤਲਬ ਆ ਪਿਓਰ ਜਿਹੜਾ ਦਿਲ ਤੋਂ ਸਭ ਕਿਸੇ ਦੇ ਨਾਲ ਸਭ ਕਿਸੇ ਦੀ ਆਵਾਜ਼ ਸੁਣਦਾ ਹੈ ਤੇ ਉਹਦੇ ਨਾਲ ਸਹਿਮਤ ਹੁੰਦਾ ਹੈ ਤੇ ਉਹਨੂੰ ਜਿਹੜੀ ਚੀਜ਼ ਚਾਹੀਦੀ ਆ ਉਹ ਦਿੰਦਾ ਹੈ ਤੇ ਮੈਂ ਚਾਹੁੰਦੀ ਨਹੀਂ ਮੇਰੀ ਇਹ ਅੰਦਰੋਂ ਹੀ ਆਵਾਜ਼ ਹੈ ਕਿ ਕਿਸੇ ਦਿਨ ਤੇ ਕਰੋਨਾ ਆਇਆ ਸਾਡੇ ਸਿੱਖਾਂ ਨੇ ਸਭ ਦੀ ਬਹੁਤ ਹੈਲਪ ਕੀਤੀ ਹੁਣ ਵੀ ਕਰਦੇ ਪਏ ਆ ਤੇ ਸਾਡਾ ਰਾਜ ਅੱਧਾ ਤਾਂ ਅਮਰੀਕਾ ਦੇ ਵਿੱਚ ਤੇ ਕੈਨੇਡਾ ਵਿੱਚ ਹੈਗਾ ਹੀ ਆ ਹਾਂਜੀ ਤੇ ਬਾਕੀ ਥਾਵਾਂ ਤੇ ਵੀ ਹੈਗਾ ਏ ਕਿ ਸਾਡੇ ਖਾਲਸੇ ਦੇ ਝੰਡੇ ਸਭ ਥਾਂ ਝੂਲਣਗੇ ਸਭ ਥਾਂ ਉਹਨਾਂ ਦੀ ਇੱਜ਼ਤ ਮਾਣ ਹੋਊਗਾ ਉਹਨਾਂ ਦੀ ਵਡਿਆਈ ਹੋਊਗੀ ਲੋਕ ਉਹਨਾਂ ਦਾ ਸਤਿਕਾਰ ਕਰਨਗੇ ਇਹੀ ਸਾਡਾ ਖਾਲਸਾ ਏ ਤੇ ਇਹ ਸਭ ਥਾਂ ਇਹਦਾ ਰਾਜ ਹੋਏਗਾ ਜਦੋਂ ਸੱਚ ਨੂੰ ਜਾਣਨ ਦੀ ਸਾਰੇ ਸੱਚ ਦੇ ਨਾਲ ਜੁੜਦੇ ਹਨ ਤੇ ਪਰਮਾਤਮਾ ਨੇ ਠੀਕ ਆ ਇਹ ਵੀ ਉਹਦੀ ਰਚਨਾ ਰਚੀ ਹੋਈ ਆ ਸੱਚ ਤੇ ਝੂਠ ਦੀ ਕਿ ਇਹਨਾਂ ਦੀ ਹਮੇਸ਼ਾ ਹੀ ਹਰ ਜਗ੍ਹਾ ਦੇ ਉੱਤੇ ਹੀ ਇਹਨਾਂ ਦਾ ਚੱਲਦਾ ਏ ਇਹ ਦੋ ਚੀਜ਼ਾਂ ਰੱਬ ਨੇ ਸਾਨੂੰ ਖੇਡਣ ਇੱਕ ਖੜਾ ਹੀ ਰਿਹਾ ਏ ਉਹ ਆਪਣੇ ਹਿਸਾਬ ਦੇ ਨਾਲ ਤੇ ਇਹਦੇ ਵਿੱਚ ਹੁਣ ਸਾਨੂੰ ਸਭ ਨੂੰ ਉਤਰਨਾ ਪੈਂਦਾ ਏ ਕਿ ਮੈਂ ਮੇਰਾ ਤਾਂ ਇਹੀ ਆ ਵੀ ਖਾਲਸਾ ਅੱਜ ਵੀ ਸਾਡਾ ਰਾਜ ਕਰਦਾ ਏ ਸਾਡਾ ਆਦਰ ਮਾਨ ਹੈ ਸਾਡਾ ਸਤਿਕਾਰ ਆ ਅਸੀਂ ਸੇਵਾ ਕਰਦੇ ਹਾਂ ਅਸੀਂ ਇਹ ਸੇਵਾ ਅਸੀਂ ਨੀ ਸਾਨੂੰ ਸਾਡੇ ਗੁਰੂਆਂ ਦਾ ਹੀ ਦਿੱਤਾ ਹੋਇਆ ਸਿਧਾਂਤ ਹੈ ਜੇ ਸਾਨੂੰ ਗੁਰੂ ਮੈਂ ਵੀ ਸੋਚਦੀ ਕਈ ਵਾਰੀ ਆਇਆ ਹੈ ਜੇ ਸਾਨੂੰ ਗੁਰੂ ਨਾ ਦੱਸ ਕੇ ਜਾਂਦੇ ਤੇ ਅਸੀਂ ਤਕਲੀਫ ਦੇ ਵੇਲੇ ਕੀ ਗੱਲ ਕਰਦੇ ਅਸੀਂ ਕੀ ਮਤਲਬ ਆਪਣੇ ਅੰਦਰ ਸੋਚਦੇ ਹੁਣ ਸਾਨੂੰ ਇਹ ਆ ਵੀ ਜਦੋਂ ਕੋਈ ਤਕਲੀਫ ਹੁੰਦੀ ਆ ਅਸੀਂ ਸਾਡੇ ਅੰਦਰੋਂ ਆਵਾਜ਼ ਗੁਰੂ ਦਾ ਨਾਮ ਹੀ ਨਿਕਲਦਾ ਹੈ ਵਾਹਿਗੁਰੂ
ਜੀ ਕਾ ਖਾਲਸਾ ਉਸੇ ਦੀ ਫਤਿਹ ਹੋਊਗੀ। ਤੇ ਬਸ ਇਹੀ ਆ ਵੀ ਅਸੀਂ ਆਪਣੇ ਗੁਰੂ ਦੇ ਸਿਧਾਂਤਾਂ ਦੇ ਨਾਲ ਚੱਲਣਾ ਏ, ਜਿੰਨੇ ਜਿੰਨਾ ਅਸੀਂ ਸਿਧਾਂਤਾਂ ਨੂੰ ਫੜ ਲਾਂਗੇ ਸਾਡੇ ਖਾਲਸੇ ਦਾ ਰਾਜ ਹੋਊਗਾ। ਜੀ ਜੀ ਤੁਹਾਡਾ ਧੰਨਵਾਦ ਤੁਸੀਂ ਜੁੜੇ, ਪਰ ਇੱਕ ਕੁਐਸਚਨ ਤੁਹਾਨੂੰ ਵੀ ਮੈਂ ਪੁੱਛਣਾ ਚਾਹੁੰਦਾ ਕਿ ਹਾਂਜੀ ਜ਼ਰੂਰ ਖਾਲਸੇ ਦਾ ਰਾਜ ਹੋਣਾ ਚਾਹੀਦਾ, ਮੈਂ ਵੀ ਸਿੱਖ ਪਰਿਵਾਰ ਚੋਂ ਆ ਇਸ ਗੱਲ ਨੂੰ ਮੰਨਦਾ, ਪਰ ਚਾਹੇ ਖਾਲਸਾ ਹੋਵੇ ਚਾਹੇ ਹਿੰਦੂ ਹੋਵੇ ਚਾਹੇ ਬੁੱਧਾ ਹੋਵੇ ਜਾਂ ਕ੍ਰਿਸਚਨ ਹੋਵੇ, ਇੱਕ ਬੰਦਾ ਇੱਕ ਗੱਡੀ ਇੱਕੋ ਹੀ ਚਲਾ ਸਕਦਾ, ਦੋ ਗੱਡੀਆਂ ਨਹੀਂ ਚਲਾ ਸਕਦਾ। ਹੁਣ ਆਪਾਂ ਨੂੰ ਜਿਹੜੀ ਜ਼ਰੂਰਤ ਆ, ਇੱਕ ਬੰਦਾ ਇੱਕੋ ਹੀ ਗੱਡੀ ਚਲਾ ਸਕਦਾ, ਦੋ ਚਲਾਊਗਾ ਤਾਂ ਉਹ ਐਕਸੀਡੈਂਟ ਹੋਊਗਾ। ਹੁਣ ਆਪਾਂ ਜ਼ਰੂਰਤ ਆ ਕਿਸਾਨਾਂ ਦੀ ਮਦਦ ਕਰਨ ਦੀ। ਕੁਐਸਚਨ ਇਹੀ ਸੀ ਕਿ ਆਪਾਂ ਜੇ ਖਾਲਿਸਤਾਨ ਨੂੰ ਥੋੜਾ ਚਿਰ ਇੱਕ ਪਾਸੇ ਰੱਖ ਦਈਏ, ਇਹੀ ਖਾਲਸਾ ਹੀ ਆਪਣੇ ਦਿਲਾਂ ਦੇ ਨਾਲ ਅਸੀਂ ਜੁੜਨਾ ਹੈ। ਸਿਮਰਨ ਕਰੀਏ, ਉਹਦੇ ਸਿਧਾਂਤਾਂ ਤੇ ਚੱਲੀਏ ਤੇ ਸਾਨੂੰ ਕਿਸੇ ਦੀ ਕੋਈ ਪਰਵਾਹ ਨੀ। ਗੁਰੂਆਂ ਨੇ ਪਰਿਵਾਰ ਜੇ ਦੇਖੀਏ ਨਾ, ਹੁਣ ਤੁਸੀਂ ਮਤਲਬ ਹਰੇਕ ਬੰਦਾ ਆਪਣੇ ਜੁੜਿਆ ਵਾ, ਤੇ ਮੈਂ ਦਿਨ ਦੇ ਵਿੱਚ ਪਤਾ ਨੀ ਦੋ ਵਾਰ ਰੋਨੀ ਆ ਕਿ ਤਿੰਨ ਵਾਰ ਰੋਨੀ ਆ ਕਿ ਜੇ ਅਸੀਂ ਆਵਾਜ਼ ਬਾਹਰ ਜਾ ਨਹੀਂ ਸਕਦੇ, ਇੰਡੀਆ ਵਿੱਚ ਨਹੀਂ ਜਾ ਸਕਦੇ, ਮੈਂ ਨਹੀਂ ਚੱਲ। ਮੇਰਾ ਤਾਂ ਇਹੀ ਆ ਕਿ ਮੇਰੇ ਅੰਦਰੋਂ ਜਿਹੜੀ ਚੀਜ਼ ਨਿਕਲਦੀ ਆ ਹਰ ਵੇਲੇ ਉੱਥੇ ਜੁੜੇ ਰਹਿੰਦੇ ਆ, ਉਹ ਚਾਹੇ ਉੱਥੇ ਨਹੀਂ ਹੈ ਪਰ ਸਾਡੀ ਅੰਦਰੋਂ ਆਵਾਜ਼ ਜਿਹੜੀ ਨਿਕਲਦੀ ਆ ਜ਼ਰੂਰ ਸਾਨੂੰ ਜੋੜੂਗੀ, ਜ਼ਰੂਰ ਸਾਨੂੰ ਸਫਲਤਾ ਦੇਊਗੀ। ਤੇ ਮੈਂ ਤਾਂ ਕਹਿੰਦੀ ਹਾਂ ਮੈਨੂੰ ਗੋਲੀ ਦੇ ਦਿਓ, ਮੈਂ ਉਹਦੇ ਜਾ ਕੇ ਮਾਰਾਂ ਗੋਲੀ। ਨਹੀਂ ਨਹੀਂ ਜੀ, ਗੋਲੀ ਮਾਰਨ ਦੇ ਨਾਲ ਹੱਲ ਨਹੀਂ ਹੋਣਾ, ਹੱਲ ਤਾਂ ਬੈਠ ਕੇ ਹੋਣਾ। ਨਹੀਂ ਪਰ ਇੰਨਾ ਆਉਂਦਾ ਇਹ ਵੀ ਇੰਨੇ ਸਾਡੇ ਭੈਣ ਭਰਾਵਾਂ ਨੂੰ ਸਤਾ ਕੇ ਉਹ ਕਿੱਥੋਂ ਸੁੱਖ ਪਾਊਗਾ। ਪਰ ਇਹ ਉਹਨੂੰ ਵੀ ਰੱਬ ਦੀ ਤਾਕਤ, ਦੁਨੀਆਂ ਦੀ ਤਾਕਤ ਆ, ਸਾਡੇ ਲੋਕਾਂ ਨੂੰ ਰੱਬ ਦੀ ਤਾਕਤ ਮਿਲਦੀ ਆ ਤੇ ਇਹਨਾਂ ਲੋਕਾਂ ਨੂੰ ਦੁਨੀਆਂ ਦੀ ਤਾਕਤ ਮਿਲਦੀ। ਜੀ ਜੀ, ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਜੁੜੇ, ਤੇ ਆਪਾਂ ਜ਼ਰੂਰ ਖਾਲਸਾ ਜੀ ਨਾਲ ਇਸ ਗੱਲ ਤੇ ਗੱਲ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਹੀ। ਪਰ ਮੇਰਾ ਮੁੱਦਾ ਇਹੀ ਆ ਕਿ ਹੁਣ ਆਪਾਂ ਨੂੰ ਲੋੜ ਹੈ ਕਿਸਾਨਾਂ ਦੀ ਸਪੋਰਟ ਕਰਨ ਦੀ। ਬਸ ਕਿਸਾਨਾਂ ਦੇ ਪਿੱਛੇ ਹੀ ਬੈਠੇ ਆ, ਕਿਸਾਨਾਂ ਪਿੱਛੇ ਹੀ ਜਾਗਦੇ ਆ, ਕਿਸਾਨਾਂ ਪਿੱਛੇ ਹੀ ਸਾਰਾ ਕੁਝ ਕਰਦੇ ਆ। ਕੋਈ ਕਿਸੇ ਨੂੰ ਇਹ ਨਹੀਂ ਜੀ ਕਰਦਾ ਸੀਗਾ ਕਿ ਨਵੇਂ ਸਾਲ ਤੇ ਅਸੀਂ ਵਧਾਈ ਦੇਈਏ, ਕੋਈ ਤਿਉਹਾਰ ਆਉਂਦਾ ਹੈ ਕਿ ਨਹੀਂ, ਸਾਡੀ ਤਾਂ ਉੱਥੇ ਜਦੋਂ ਜਿੱਤ ਹੋਊਗੀ ਸਾਡੀ ਉਦੋਂ ਹੀ ਹੋਊਗੀ। ਆ ਰੱਬ ਨੇ ਟਾਈਮ ਨਾ ਸਾਨੂੰ ਵੀ ਦਿਖਾਉਣਾ ਸੀ ਜੋ ਸਾਡੇ ਵੱਡਿਆਂ ਵਡੇਰਿਆਂ ਨੇ ਦੇਖਿਆ, ਜਿੰਨਾ ਚਿਰ ਅਸੀਂ ਨਹੀਂ ਨਾ ਦੇਖਦੇ ਉਨਾ ਚਿਰ ਸਾਨੂੰ ਵੱਡਿਆਂ ਦੀਆਂ ਗੱਲਾਂ ਨਹੀਂ ਪਤਾ ਲੱਗਦਾ ਕਿ ਇਹ ਹੈ ਇਹ ਵੀ ਚੀਜ਼ ਆਉਣੀ ਸੀਗੀ। ਜੀ ਜੀ ਜੀ, ਤੁਹਾਡਾ ਜ਼ਰੂਰ ਧੰਨਵਾਦ, ਤੁਸੀਂ ਇਸ ਤਰ੍ਹਾਂ ਜੁੜਦੇ ਰਹੋ ਸ਼ੋਅ ਦੇ ਨਾਲ ਤੇ ਟਾਈਮ ਹੁੰਦਾ ਜਾਂਦਾ। ਮੈਂ ਇੱਕ ਦੋ ਕੁਐਸਚਨ, ਹਾਂਜੀ ਠੀਕ ਆ, ਥੈਂਕ ਯੂ ਵੀਰਾ, ਮੈਂ ਹੁਣੇ ਫੋਨ ਲਾਇਆ ਤੇ ਦੇਖਿਆ, ਬਸ ਮੈਂ ਆਖਿਆ ਮੈਂ ਵੀ ਆਪਣੀ ਆਵਾਜ਼ ਪਹੁੰਚਾਈਏ। ਜ਼ਰੂਰ ਜ਼ਰੂਰ ਧੰਨਵਾਦ ਤੁਹਾਡਾ ਜਸਟ ਟੀਵੀ ਤੇ ਜੀ, ਥੈਂਕ ਯੂ। ਦੇਖੋ ਉਹਦੀ ਸਿਚੁਏਸ਼ਨ ਇਹ ਹੈਗੀ ਹੈ ਕਿ ਪਹਿਲੀ ਗੱਲ ਤਾਂ ਜਿਹੜਾ ਗੁਰੂ ਸਾਹਿਬ ਨੇ ਕਿਹਾ ਸੀਗਾ ਰਾਜ ਕਰੇਗਾ ਖਾਲਸਾ, ਉਹਦੇ ਮਕਸਦ ਉਹਦਾ ਉਹਦਾ ਮੇਰੇ ਹਿਸਾਬ ਨਾਲ ਇੰਟਰਪ੍ਰੀਟੇਸ਼ਨ ਇਹ ਹੈ ਕਿ ਉਹਦੇ ਕਈ ਇੰਟਰਪ੍ਰੀਟੇਸ਼ਨ ਨੇ, ਆਪਣੇ ਹਿਸਾਬ ਨਾਲ ਹੀ ਸਾਨੂੰ ਚੱਲਣਾ ਚਾਹੀਦਾ। ਉਹ ਹੈਗਾ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਵਿਕਾਰ ਨੇ ਉਹਦੇ ਉੱਤੇ ਅਸੀਂ ਰਾਜ ਪਾਉਣਾ ਹੈ ਤਾਂ ਕਿ ਅਸੀਂ ਇਹਨਾਂ ਤੋਂ ਮੁਕਤੀ ਪਾ ਕੇ ਉਹ ਇੱਕ ਖਾਲਸੇ ਦਾ ਰਾਜ ਤਾਂ ਕਿ ਅਸੀਂ ਖਾਲਸ ਹੋਈਏ। ਦੂਸਰਾ ਇਹ ਗੱਲ ਹੈਗਾ ਕਿ ਜਿਹੜਾ ਸਾਡਾ ਗੁਰੂ ਸਾਹਿਬ ਨੇ ਮੈਸੇਜ ਦਿੱਤਾ ਹੈ ਕਿ ਕਿਰਤ ਖਾਏ ਕਿਰਤ ਕਰੋ ਔਰ ਲੋਕਾਂ ਨੂੰ ਕਾਲ ਖਾਏ ਕੁਛ ਹੱਥੋਂ ਤੇ ਕਿਰਤ ਕਰਕੇ ਲੋਕਾਂ ਦੇ ਨਾਲ ਦਸਵੰਧ ਵੰਡੋ ਤਾਂ ਕਿ ਜਿੱਥੇ ਵੀ ਪਹੁੰਚੀਏ, ਜਿਸ ਤਰ੍ਹਾਂ ਬੀਬੀ ਜੀ ਨੇ ਦੱਸਿਆ ਬੜਾ ਦੁੱਖ ਹੋਇਆ। ਇਹ ਅੱਜ ਮੈਂ ਤੁਹਾਨੂੰ ਦੱਸਾਂ, ਮੇਰੇ ਮਦਰ ਨੇ ਘਰੇ 75-80 ਸਾਲ ਦੇ ਨੇ, ਉਹ ਵੀ ਹਮੇਸ਼ਾ ਰੋਜ਼ ਹੀ ਅੱਗੇ ਕਦੀ ਨਹੀਂ ਟੀਵੀ ਵੇਖਦੇ, ਰੋਜ਼ ਉਹਨਾਂ ਜੁੜੇ ਰਹਿੰਦੇ ਨੇ, ਬੜੀ ਅਰਦਾਸਾਂ ਕਰਦੇ ਨੇ। ਜਿੱਥੇ ਵੀ ਸਾਡੇ ਆ ਭੈਣਾਂ ਬੀਬੀਆਂ ਮਾਵਾਂ ਬੈਠੀਆਂ ਨੇ ਅਰਦਾਸਾਂ ਕਰ ਰਹੀਆਂ ਨੇ। ਦੂਸਰਾ ਜਿਵੇਂ ਉਹਨਾਂ ਨੇ ਗੱਲ ਦੱਸੀ ਹੈ ਕਿ ਸਿੱਖ ਦਾ ਰਾਜ ਚੱਲ ਰਿਹਾ, ਇਹ ਸਾਡਾ ਵਹਿਮ ਹੈ ਕਿ ਰਾਜ ਕਰੇਗਾ ਖਾਲਸਾ। ਰਾਜ ਕਰੇਗਾ ਖਾਲਸਾ ਮੀਨਸ ਜਿੱਥੇ ਸੱਚਾ ਸੁੱਚਾ ਗੁਰੂ ਦਾ ਨਾਮ ਲਿਆ ਸਿੱਖ, ਜਿਹੜਾ ਆਪਣੀ ਬਾਣੀ ਚ ਆਪਣੇ ਬਾਣੇ ਚ ਆਪਣੇ ਗੁਰੂ ਦੇ ਯਕੀਨ ਰੱਖਦਾ, ਔਰ ਜਿੱਥੇ ਵੀ ਦੁਨੀਆਂ ਚ ਬੈਠਾ ਔਰ ਉਹ ਅੱਛਾ ਕਰਮ ਕਰ ਰਿਹਾ, ਸੱਚੇ ਕੰਮ ਕਰ ਰਿਹਾ, ਲੋਕਾਂ ਦੀ ਸੇਵਾ ਕਰ ਰਿਹਾ ਔਰ ਇੱਕ ਇੱਕ ਲੋਕਾਂ ਨੂੰ ਇੱਕ ਅੱਛੇ ਸੁੱਚਾ ਤੇ ਉੱਚਾ ਜੀਵਨ ਜਾਚ ਦੀ ਸਾਂਝ ਪਾ ਰਿਹਾ, ਸਮਝ ਲਓ ਖਾਲਸਾ ਰਾਜ ਹੋ ਰਿਹਾ ਔਰ ਰਾਜ ਉੱਤੇ ਉਹਦਾ ਵੱਧ ਤੋਂ ਵੱਧ ਰਿਹਾ। ਰਾਜ ਕੋਈ ਗੁਰੂ ਸਾਹਿਬ ਨੇ ਨਹੀਂ ਸੀ ਕਿਹਾ ਵੀ ਕਿਸੇ ਖਿੱਤੇ ਦੇ ਉੱਤੇ ਰਾਜ ਹੋਏਗਾ ਤੁਹਾਡਾ ਤੇ ਉਹਨੂੰ ਤੁਸੀਂ ਖਾਲਸਾ ਰਾਜ ਕਹੋਗੇ। ਖਾਲਸਾ ਰਾਜ ਦਾ ਮਤਲਬ ਕਿ ਗੁਰੂ ਸਾਹਿਬ ਦੀ ਜਿਹੜੀ ਫਿਲੋਸਫੀ ਹੈ ਉਹ ਜਿਹੜੀ ਫਿਲੋਸਫੀ ਉਹ ਪੂਰੇ ਦੁਨੀਆਂ ਦੇ ਵਿੱਚ ਸਪਰੈਡ ਕੀਤੀ ਜਾਏ ਤਾਂ ਕਿ
ਪੂਰਾ ਵਰਲਡ ਜਿਹੜਾ ਉਹ ਗੁਰੂ ਸਾਹਿਬ ਦੀ ਜਿਹੜੀ ਗੁਰੂ ਗ੍ਰੰਥ ਸਾਹਿਬ ਹੈ ਜਿਹੜਾ ਵੱਡਾ ਚਾਨਣ ਮਨਾਰਾ ਉਹਦੇ ਤੋਂ ਸੇਧ ਲੈ ਕੇ ਆਪਣਾ ਇੱਕ ਸੱਚਾ ਸੁੱਚਾ ਤੇ ਉੱਚਾ ਜੀਵਨ ਬਤੀਤ ਕਰ ਸਕੇ। ਇਹਦਾ ਇਹ ਮਤਲਬ ਨਹੀਂ ਹੈਗਾ ਕਿ ਖਾਲਸਾ ਕਿਤੇ ਇੱਕ ਧਰਤੀ ਦੇ ਟੁਕੜੇ ਤੇ ਰਾਜ ਕਰੇਗਾ। ਖਾਲਸੇ ਨੇ ਤਾਂ ਦਿਲਾਂ ਤੇ ਪੂਰੀ ਵਰਲਡ ਦੇ ਜਿਹੜੀ ਹਿਊਮੈਨਿਟੀ ਹੈ ਉਹਨੂੰ ਇੱਕ ਸੱਚੀ ਸੁੱਚੀ ਡਾਇਰੈਕਸ਼ਨ ਦੇਣੀ ਹੈ। ਉਹ ਖਾਲਸਾ ਰਾਜ ਹੈ, ਸਾਨੂੰ ਐਵੇਂ ਦੇ ਰਾਜਾਂ ਤੇ ਕਨਫਿਊਜ਼ ਨਹੀਂ ਕਰਨਾ ਚਾਹੀਦਾ। ਬੜਾ ਵਧੀਆ ਵਿਚਾਰ ਹੈ ਖਾਲਸਾ ਜੀ ਤੁਹਾਡਾ। ਤੇ ਆ ਜਿਹੜਾ ਇੱਕ ਸਮਾਂ ਆ ਜਿਹੜੀ ਸੂਈ ਆ ਨਾ ਇਹ ਬੜੀ ਬੇਅੰਤ ਆ, ਇਹ ਪਤਾ ਨਹੀਂ ਲੱਗਦਾ ਕਦੋਂ 10-12 ਮਿੰਟ ਵੀ ਜਾਂ ਘੰਟਾ ਕਦੋਂ ਨਿਕਲ ਗਿਆ। ਖਾਲਸਾ ਜੀ ਤਾਂ ਤੁਸੀਂ ਸ਼ੋਅ ਤੇ ਆਏ, ਤੁਹਾਡਾ ਬਹੁਤ ਧੰਨਵਾਦ ਜਸ ਟੀਵੀ ਵੱਲੋਂ, ਹੋਰ ਬਾਕੀ ਸਾਰੇ ਜਿਹੜੇ ਸੁਣ ਰਹੇ ਸਰੋਤੇ ਨੇ, ਆਪਾਂ ਇਸੇ ਤਰ੍ਹਾਂ ਦੇ ਵਿਚਾਰ ਗਾਂਹ ਵੀ ਲੈ ਕੇ ਆਵਾਂਗੇ। ਜਿਹੜਾ ਖਾਲਸਾ ਜੀ ਨੇ ਦੱਸਿਆ, ਉਹ ਬੀਬੀ ਜੀ ਨੇ ਦੱਸਿਆ, ਉਹ ਭਾਈ ਸਾਹਿਬ ਨੇ ਆਰਐਸ ਬਾਰੇ ਪੁੱਛਿਆ, ਇਹਨਾਂ ਮੁੱਦਿਆਂ ਬਾਰੇ ਗਾਂਹ ਫਿਰ। ਮੁੱਦੇ ਲੰਬੇ ਨੇ, ਟਾਈਮ ਥੋੜਾ ਹੁੰਦਾ, ਲੇਕਿਨ ਗੱਲ ਅਗਲੇ ਵਾਰੀ ਆਉਂਦੇ ਵਾਰੀ ਜ਼ਰੂਰ ਇਹ ਗੱਲ ਵਿਚਾਰਾਂਗੇ ਕਿ ਇਹ ਇਸ ਪਾਸੇ ਸਾਨੂੰ ਜਾਣਾ ਚਾਹੀਦਾ ਜਾਂ ਕੀ ਕਰਨਾ ਚਾਹੀਦਾ। ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਜਸ ਟੀਵੀ ਦੇ ਨਾਲ, ਤੇ ਮੈਂ ਜਿੰਮੀ ਬਰਾੜ ਜਿਹੜਾ ਕਾਂ ਸ਼ੋਅ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਤੁਸੀਂ ਇੰਡੀਆ ਦੇ ਵਿੱਚ ਸੁਣਦੇ ਹੋ ਜਾਂ ਇੱਥੇ ਸੁਣਦੇ ਹੋ, ਤਾਂ ਅਸੀਂ ਇੱਕ ਕੋਮੇਡੀ ਸ਼ੋਅ ਜੋ ਅਮਰੀਕਾ ਦੇ ਵਿੱਚ ਬਣਾਉਣਾ ਚਾਹੁੰਦੇ ਹਾਂ, ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਹੈ, ਮੈਂ ਲੋਕਲ ਹਾਂ ਇੰਡੀਅਨ ਐਪ ਦੇ ਵਿੱਚ, 317-538-5385, ਜਾਂ ਮੇਰੀ ਈਮੇਲ ਹੈ brad@justbroadcasting.com। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ, ਮੈਨੂੰ ਲੋਕਲ ਵੀ ਮਿਲ ਸਕਦੇ ਹੋ, ਅਤੇ ਜ਼ਰੂਰ ਇਸ ਤਰ੍ਹਾਂ ਹੀ ਦੇਖਦੇ ਰਿਹਾ ਕਰੋ ਜਸ ਟੀਵੀ 'ਤੇ। ਆਪਣੇ ਮਨ ਦਾ ਵਿਚਾਰ ਜ਼ਰੂਰ ਸਾਨੂੰ ਦੱਸੋ ਕਾਲ ਕਰਕੇ, ਜਾਂ ਵਿਚਾਰ ਦੱਸੋ ਜਿਸ ਤਰ੍ਹਾਂ ਬੀਬੀ ਨੇ ਦੱਸਿਆ ਕਿ ਵਿਚਾਰਾਂ ਨਾਲ ਹੀ ਜਿਹੜੇ ਨੇ ਹੱਲ ਨਿਕਲਦੇ ਨੇ, ਵਿਚਾਰਾਂ ਨਾਲ ਹੀ ਜ਼ਿੰਦਗੀ ਚੱਲਦੀ ਹੈ। ਅਤੇ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ, ਟਾਈਮ ਹੋ ਗਿਆ, ਮਿਲਦੇ ਹਾਂ ਅਗਲੇ ਸੋਮਵਾਰ ਨੂੰ। ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਹਿਬ।